ਸਤਿ ਸ਼੍ਰੀ ਅਕਾਲ ਜੀ, ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਰਵਿੰਦਰ ਸਿੰਘ ਜੀ ਅੱਜ ਇੱਕ ਵਾਰ ਫਿਰ ਇੱਕ ਨਵੇਂ ਮੁੱਦੇ ਦੇ ਨਾਲ, ਇੱਕ ਨਵੀਂ ਵਿਚਾਰ ਚਰਚਾ ਦੇ ਨਾਲ ਤੁਹਾਡੇ ਰੂਬਰੂ ਹੋਏ ਹਾਂ। ਤੇ ਅੱਜ ਦੀ ਜਿਹੜੀ ਵਿਚਾਰ ਚਰਚਾ ਹੈ ਉਹ ਮੈਨੂੰ ਲੱਗਦਾ ਕਿ 80-90% ਲੋਕਾਂ ਦੇ ਨਾਲ ਜੁੜੀ ਹੋਈ ਹੈ, ਕਿਉਂਕਿ ਖਾਣ ਪਾਣ ਆਪਣਾ ਅਜਿਹਾ ਹੀ ਹੈ ਕਿ ਉਸ ਵਿਸ਼ੇ ਦੇ ਉੱਤੇ ਕਦੇ ਨਾ ਕਦੇ, ਕਿਵੇਂ ਨਾ ਕਿਵੇਂ ਤੇ ਕਿਸੇ ਨਾ ਕਿਸੇ ਵੇਲੇ ਜਿਹੜਾ ਉਹ ਘਰ ਪਰਿਵਾਰ ਦੇ ਵਿੱਚ ਵੀ ਤੇ ਡਾਕਟਰਾਂ ਕੋਲ ਵੀ ਜਾ ਕੇ ਇਸ ਦੀ ਚਰਚਾ ਜ਼ਰੂਰ ਹੁੰਦੀ ਹੈ। ਕੀ ਉਹ ਚਰਚਾ ਆਪਾਂ ਛੇੜਦੇ ਹਾਂ ਅੱਗੇ, ਪਹਿਲਾਂ ਆਪਾਂ ਰਵਿੰਦਰ ਸਿੰਘ ਜੀ ਦਾ ਸਵਾਗਤ ਕਰ ਲੈਂਦੇ ਹਾਂ। ਰਵਿੰਦਰ ਸਿੰਘ ਜੀ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਤੁਹਾਡਾ ਵੀ, ਤੁਸੀਂ ਸਾਨੂੰ ਸਮਾਂ ਦਿੱਤਾ ਕਿ ਆਪਾਂ ਪਬਲਿਕ ਦੇ ਰੂਬਰੂ ਚੰਗੀਆਂ ਗੱਲਾਂ ਲੈ ਕੇ ਜਾਈਏ। ਰਵਿੰਦਰ ਸਿੰਘ ਜੀ, ਅਕਸਰ ਆਪਾਂ ਜੇ ਦੂਜੇ ਪਾਸੇ ਵੀ ਸਟਾਰਟ ਕਰ ਲਈਏ, ਜੰਕ ਫੂਡ ਤਾਂ ਜਿਹੜਾ ਹੈਗਾ ਆਪਾਂ ਮਾੜਾ ਖਾਣਾ ਤਾਂ ਚਲੋ ਇਹਦਾ ਇੱਕ ਜ਼ਿੰਮੇਵਾਰ ਹੁੰਦਾ ਹੀ ਹੈ। ਜਦੋਂ ਆਪਾਂ ਕੋਈ ਦਵਾਈ ਲੈਂਦੇ ਹਾਂ, ਅੰਗਰੇਜ਼ੀ ਦਵਾਈ ਲੈਂਦੇ ਹਾਂ, ਤੇ ਉਹਦੇ ਵਿੱਚ ਵੀ ਕੋਈ ਦਵਾਈ ਦਿੰਦਾ ਡਾਕਟਰ, ਤੇ ਉਹਦੇ ਨਾਲ ਇੱਕ ਦਵਾਈ ਇਹ ਵੀ ਦੇ ਦਿੰਦਾ ਵੀ ਆਹ ਵੀ ਲੈ ਲਿਓ, ਇਹ ਤੇਜ਼ਾਬ ਬਣੇਗਾ, ਉਹਨੂੰ ਰੋਕਣ ਵਾਸਤੇ। ਤੇਜ਼ਾਬ ਬਣਦਾ ਤੇ ਬਹੁਤ ਤੰਗ ਕਰਦਾ ਜਦੋਂ ਤੇਜ਼ਾਬ ਵੱਧ ਬਣਦਾ। ਉਹਦੇ 'ਤੇ ਵੀਡੀਓਜ਼ ਵੀ ਬਹੁਤ ਕੀਤੀਆਂ ਗਈਆਂ ਨੇ ਵੀ ਤੇਜ਼ਾਬ ਬਣੇ ਤੇ ਉਹਨੂੰ ਕਿਵੇਂ ਰੋਕਿਆ ਜਾ ਸਕਦਾ, ਵੱਧ ਤੇਜ਼ਾਬ ਬਣ ਰਿਹਾ ਉਹਨੂੰ ਕਿਵੇਂ ਰੋਕਿਆ ਜਾ ਸਕਦਾ, ਕਿਉਂ ਬਣਦਾ, ਕੀ ਕਾਰਨ ਹੈ, ਯੇ ਹੈ ਵੋ ਹੈ, ਪਤਾ ਨਹੀਂ ਕੀ ਕੁਛ। ਪਰ ਇੱਥੇ ਸਵਾਲ ਇਹ ਪੈਦਾ ਹੁੰਦਾ, ਮੈਂ ਕਈ ਵਾਰ ਬੈਠਾ ਸੋਚ ਰਿਹਾ ਹੁੰਦਾ ਕਿ ਤੇਜ਼ਾਬ ਵੱਧ ਬਣਦਾ ਤੇ ਉਹਦੇ ਨਾਲ ਆਹ ਪ੍ਰੋਬਲਮ ਆਉਂਦੀਆਂ ਨੇ, ਕੀ ਤੇਜ਼ਾਬ ਘੱਟ ਬਣਨ ਨਾਲ ਵੀ ਕੋਈ ਪ੍ਰੋਬਲਮ ਆਉਂਦੀ ਹੈ? ਕਿਉਂਕਿ ਤੇਜ਼ਾਬ ਤਾਂ ਅੰਦਰ ਹੈਗਾ, ਤੇਜ਼ਾਬ ਤਾਂ ਆਪਾਂ ਨੂੰ ਬੜੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਲਈ ਲੋੜੀਂਦਾ ਵੀ ਹੈ, ਤਾਂ ਹੀ ਤਾਂ ਕੁਦਰਤ ਨੇ ਆਪਣੇ ਅੰਦਰ HCl ਯਾਨੀ ਹਾਈਡਰੋਕਲੋਰਿਕ ਐਸਿਡ ਜਿਹੜਾ ਉਹ ਅੰਦਰ ਪਾਇਆ, ਤਾਂ ਕਿ ਉਹ ਬਹੁਤ ਸਾਰੇ ਕੰਮ ਸਾਡੇ ਸਵਾਰੇਗਾ। ਪਰ ਕੀ ਘੱਟ ਤੇਜ਼ਾਬ ਬਣਨ ਦੇ ਨਾਲ ਵੀ ਕੁਛ ਪ੍ਰੋਬਲਮਸ ਆਉਂਦੀਆਂ ਨੇ? ਜੀ ਬਿਲਕੁਲ ਜੀ, ਸਭ ਤੋਂ ਵੱਡੀ ਪ੍ਰੋਬਲਮ ਇਹ ਹੈ, ਲੋਕਾਂ ਨੂੰ ਇਹ ਨਹੀਂ ਪਤਾ ਤੇਜ਼ਾਬ ਹੈ ਕਿੱਥੇ, ਉਹ ਕਿਉਂ ਬਣਦਾ, ਉਹਦਾ ਪਰਪਸ ਕੀ ਹੈ, ਜੇ ਢਿੱਡ ਚ ਤੇਜ਼ਾਬ ਬਣਦਾ ਉਹ ਕਿਉਂ ਬਣਦਾ, ਤੇ ਦੂਜੀ ਗੱਲ ਉਹ ਢਿੱਡ ਨੂੰ ਤੰਗ ਕਿਉਂ ਨਹੀਂ ਕਰਦਾ ਜੇ ਢਿੱਡ ਚ ਤੇਜ਼ਾਬ ਪਿਆ ਹੈ? ਦੇਖੋ ਨਾਲੀ ਨੂੰ ਤਾਂ ਤੰਗ ਕਰਦਾ ਉਹ, ਢਿੱਡ ਨੂੰ ਨਹੀਂ ਤੰਗ ਕਰਦਾ। ਹੁਣ ਪਹਿਲੀ ਗੱਲ ਇਹ ਸਮਝਣੀ ਹੈ, ਆਪਣੇ ਢਿੱਡ ਚ ਜਿਵੇਂ ਨਜ਼ਲਾ ਹੁੰਦਾ ਨਾ ਜੈਲ, ਉਵੇਂ ਇੱਕ ਲੇਅਰ ਹੈ ਢਿੱਡ ਦੇ ਵਿੱਚ, ਇੱਕ ਲੇਅਰ, ਉਹ ਢਿੱਡ ਦੇ ਮਾਸ ਨੂੰ ਤੇਜ਼ਾਬ ਨੂੰ ਟੱਚ ਨਹੀਂ ਹੋਣ ਦਿੰਦੀ। ਜੇ ਲੋਕਾਂ ਨੂੰ ਪੀ ਐਚ ਵੈਲਿਊ ਸਮਝ ਆਉਂਦੀ ਹੈ, ਪੀ ਐਚ ਹੁੰਦਾ ਜਿੰਨੀ ਨੀਚੇ ਜਾਈ ਜਾਊਗੀ ਉਨਾ ਤੇਜ਼ਾਬ ਹੈ, ਜਿੰਨੀ ਉੱਪਰ ਉਨਾ ਉਹ ਤੇਜ਼ਾਬ ਨਹੀਂ ਰਿਹਾ। ਆਪਣੇ ਤੇਜ਼ਾਬ ਦੀ ਵੈਲਿਊ ਪੀ ਐਚ ਚ 1-2-3 ਚਾਹੀਦੀ ਹੁੰਦੀ ਹੈ। ਅਗਰ ਤੁਸੀਂ ਉਹ ਐਸਿਡ HCl ਐਸਿਡ ਲਓ, ਉਹਦੇ ਚ ਪਲੇਟ ਗੇਰ ਦੋ 1-3 ਪੀ ਐਚ ਵੈਲਿਊ ਚ, ਕੀ ਬੰਦਾ ਮਾਫੀ ਜਨਾ ਦੁਬਾਰਾ, ਜੇ ਤੁਸੀਂ HCl ਐਸਿਡ ਲਓ ਕੰਚ ਦੇ ਗਲਾਸ ਚ ਪਾਓ ਜਿਹਦੀ ਪੀ ਐਚ 1-3 ਹੋਵੇ, ਜਿਹੜਾ ਢਿੱਡ ਦੇ ਵਿੱਚ ਹੈ, ਉਹਦੇ ਚ ਤੁਸੀਂ ਐਸਿਡ ਦਾ ਬਲੇਡ ਗੇਰ ਦੋ, ਉਹ ਬਲੇਡ ਖੁਰ ਜੂਗਾ ਟੋਟਲੀ। ਇੰਨਾ ਤੇਜ਼ਾਬ ਚਾਹੀਦਾ ਹੁੰਦਾ ਢਿੱਡ ਨੂੰ। ਹੁਣ ਇਹਦਾ ਪਰਪਸ ਹੈ, ਜਿਹੜਾ ਆਪਾਂ ਖਾਣਾ ਖਾਂਦੇ ਹਾਂ ਉਸ ਚ ਸਾਰੀਆਂ ਚੀਜ਼ਾਂ ਸਰੀਰ ਨੂੰ ਪਸੰਦ ਨਹੀਂ ਹੈ, ਕਈ ਚੀਜ਼ਾਂ ਮਾਈਕਰੋਬਸ ਕਹਿੰਦੇ ਹਾਂ ਜੀਵਨ ਨੂੰ, ਉਹ ਢਿੱਡ ਨੂੰ ਪਸੰਦ ਨਹੀਂ ਹੈ। ਢਿੱਡ ਨੂੰ ਕਿਉਂ ਨਹੀਂ ਪਸੰਦ? ਕਿਉਂਕਿ ਆਂਤੜਾਂ ਉਹਦਾ ਕੁਛ ਨਹੀਂ ਕਰ ਸਕਦੀਆਂ, ਕੁਛ ਚੀਜ਼ਾਂ ਐਲਰਜੀ ਪ੍ਰੋਡਿਊਸ ਕਰਨ ਵਾਲੀਆਂ ਨੇ। ਉਹ ਤੇਜ਼ਾਬ ਦਾ ਪਰਪਸ ਹੈ, ਪਹਿਲਾ ਪਰਪਸ ਕੁਛ ਇਹੋ ਜਿਹੀ ਚੀਜ਼ਾਂ ਨੂੰ ਮਾਰ ਦੇਣਾ ਜਿਹੜੀ ਆਂਤੜਾਂ ਚ ਨਾ ਚਲੀਆਂ ਜਾਣ। ਦੂਜੇ ਨੰਬਰ ਤੇ ਉਹਦਾ ਪਰਪਸ ਹੈ ਜਿਹੜਾ ਆਪਾਂ ਖਾਣਾ ਖਾਇਆ ਨੂੰ ਗਲਾਉਣ ਲਈ, ਤਾਂ ਕਿ ਆਂਤੜਾਂ ਉਹਦੇ ਚੋਂ ਵਿਟਾਮਿਨ, ਫੈਟ, ਤੇਲ ਤੇ ਮਿਨਰਲ, ਲੂਣ ਟਾਈਪ ਚੀਜ਼ਾਂ ਚੂਸ ਲਈ। ਹੁਣ ਸਰ ਦੇਖੋ, ਇਹ ਨਾ ਮਸ਼ੀਨ ਹੈ, ਮੈਂ ਹਮੇਸ਼ਾ ਸਮਝਾਉਂਦਾ ਮਸ਼ੀਨ ਹੈ। ਆਪਣੇ ਦੋ ਰਸਤੇ ਨੇ, ਇੱਕ ਆਉਣ ਦਾ ਰਸਤਾ, ਇੱਕ ਨੀਚੇ ਢਿੱਡ ਜਾਣ ਦਾ ਰਸਤਾ ਆਂਤੜਾਂ ਚ। ਇੱਥੇ ਦੋ ਵਾਲਵ ਲੱਗੇ ਹੋਏ ਨੇ, ਜਿਵੇਂ ਅੰਗਰੇਜ਼ੀ ਕਾਰ ਚ ਵਾਲਵ ਹੁੰਦਾ ਨਾ, ਇੱਕ ਚੀਜ਼ ਬੰਦ ਹੋ ਜਾਂਦੀ ਹੈ ਉਹ ਖੁੱਲ ਜਾਂਦੀ ਹੈ। ਮੇਰੇ ਐਕਸਪੀਰੀਅੰਸ ਚ 95% ਲੋਕ ਜਿਨ੍ਹਾਂ ਨੂੰ ਤੇਜ਼ਾਬ ਬਣਦਾ ਹੈ, ਬਣਦਾ ਕਿਉਂਕਿ ਉਹਨਾਂ ਦੇ ਢਿੱਡ ਚ ਤੇਜ਼ਾਬ ਘੱਟ ਹੈ, ਨਾਟ ਉਹਨਾਂ ਦੇ ਸਰੀਰ ਚ ਜ਼ਿਆਦਾ ਹੈ। ਅੱਛਾ ਜੀ, 95% ਲੋਕਾਂ ਨੂੰ। ਹਾਂਜੀ, ਇਹ ਜਿਹੜਾ ਵਾਲਵ ਹੈ ਨਾ, ਉੱਪਰਲਾ ਵਾਲਵ ਪੂਰੇ ਲੱਗਿਆ ਹੋਇਆ, ਢਿੱਡ ਦਾ ਸਮਾਨ ਉੱਪਰ ਨੂੰ ਆਉਣ ਤੋਂ ਰੋਕਦਾ ਹੈ। ਅੱਛਾ, ਇਹ ਵਾਲਵ ਕੁਛ ਚੀਜ਼ਾਂ ਨਾਲ ਚੱਲਦਾ ਹੈ। ਉਸ ਚ ਪਹਿਲੀ ਚੀਜ਼ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਤੇਜ਼ਾਬ ਕਿੰਨਾ ਬਣ ਗਿਆ। ਜੇ ਤੇਜ਼ਾਬ 3 pH ਤੋਂ ਉੱਪਰ ਹੈ, ਇਹਦਾ ਮਤਲਬ ਹੈ ਤੇਜ਼ਾਬ ਘੱਟ ਹੈ, ਇਹ ਵਾਲਵ ਬੰਦ ਨਹੀਂ ਹੁੰਦਾ। ਹੁਣ ਇਮੈਜਿਨ ਕਰੋ ਬੰਦ ਨਹੀਂ ਹੋਇਆ,
ਤੁਹਾਨੂੰ ਆਇਆ ਡਕਾ ਜੀ, ਉਹ ਨਾਲੀ ਖੁੱਲੀ ਰਹਿ ਗਈ, ਉਹ ਕਿੱਧਰ ਨੂੰ ਆਊਗਾ? ਉੱਪਰ ਨੂੰ। ਹੁਣ ਜਿਹੜੀ ਨਾਲੀ ਹੈ ਨਾ, ਇਹ ਨਾਲੀ ਚ ਉਹ ਜਿਹੜੀ ਮੈਂ ਜੈਲ ਦੀ ਗੱਲ ਕਰੀ ਹੈ, ਮਿਊਕਸ ਰੇਸ਼ਾ ਇਸ ਨਹੀਂ ਹੁੰਦਾ, ਕਿਉਂਕਿ ਇਹ ਜਾਣ ਦਾ ਰਸਤਾ ਹੈ, ਆਉਣ ਦਾ ਰਸਤਾ ਨਹੀਂ ਹੈ। ਜਦੋਂ ਹੁਣ ਉਹ ਖੁੱਲਾ ਰਹਿ ਗਿਆ ਤੇ ਤੁਹਾਨੂੰ ਆਇਆ ਡਕਾਰ, ਬੰਦਾ ਕਹਿੰਦਾ ਮੇਰਾ ਕਬਜ਼ਾ ਮੱਚ ਗਿਆ ਜੀ, ਮੇਰੇ ਖੱਟਾ ਪਾਣੀ ਆ ਗਿਆ, ਜਿਹਨੂੰ ਐਸਿਡ ਰਿਫਲਕਸ, ਗਰਡ ਅੰਗਰੇਜ਼ੀ ਚ ਗਰਡ ਕਹਿੰਦੇ, ਐਸਿਡ ਰਿਫਲਕਸ ਹਾਰਟ ਬਰਨ ਕਹਿੰਦੇ ਆ। ਪਹਿਲੀ ਮਤਲਬ ਇਹ ਹੈ, ਜੇ ਤੁਹਾਡੇ ਸਰੀਰ ਚ ਤੇਜ਼ਾਬ ਘੱਟ ਹੈ ਉਹ ਬੈਕ ਆਏ ਗਈ, ਮਗਰ 95% ਕੇਸ ਹੈ, 5% ਕੇਸ ਦੂਜੇ ਪਾਸੇ ਹੈ। ਹੁਣ ਇੱਕ ਦੂਜਾ ਵਾਲਵ ਹੈ ਜਿਹੜਾ ਢਿੱਡ ਦੇ ਨੀਚੇ ਹੈ ਜੀ, ਆਪਣਾ ਲਿਵਰ ਬਾਇਲ ਬਣਾਉਂਦਾ ਪੀਲੇ ਰੰਗ ਦਾ ਲਿਕੁਇਡ ਜੀ ਜੀ, ਉਹ ਬਾਇਲ ਇੰਨਾ ਜ਼ਿਆਦਾ ਤੇਜ਼ ਹੁੰਦਾ ਕਿ ਢਿੱਡ ਨੂੰ ਨਹੀਂ ਚਾਹੀਦਾ, ਆਂਤੜਾਂ ਨੂੰ ਚਾਹੀਦਾ। ਜਿਹੜਾ ਨੀਚੇ ਵਾਲਾ ਵਾਲਵ ਹੈ ਉਹ ਬੰਦ ਰਹਿੰਦਾ ਕਿ ਬਾਇਲ ਅੰਦਰ ਨਾ ਆਵੇ ਜੀ ਜੀ। ਕਈ ਲੋਕਾਂ ਨੂੰ ਪੀਲੇ ਰੰਗ ਦਾ ਪਾਣੀ ਨਿਕਲ ਆਉਂਦਾ, ਬਿਲਕੁਲ ਇਹਦਾ ਮਤਲਬ ਹੈ ਉਹਨਾਂ ਦਾ ਨੀਚੇ ਵਾਲਾ ਵਾਲਵ ਵੀ ਖਰਾਬ ਹੋ ਗਿਆ, ਉਹ ਨੀਚੇ ਵਾਲਾ ਵਾਲਵ ਨਾਲ ਪਾਣੀ ਬਾਇਲ ਢਿੱਡ ਚ ਆ ਗਿਆ, ਉਹ ਨਾਲ ਦੀ ਨਾਲ ਢਿੱਡ ਕਹਿੰਦਾ ਢਿੱਡ ਬਾਇਲ ਨਹੀਂ ਲੈ ਸਕਦਾ, ਬਾਇਲ ਫੈਟ ਨੂੰ ਕੱਟਦਾ। ਜਿਹੜੀ ਢਿੱਡ ਦੀ ਮੈਂਬਰੇਨ ਹੈ, ਜਿਹੜੀ ਉਹ ਜਿਹੜੀ ਥੁੱਕ ਦੀ ਲੇਅਰ ਕਹਿ ਦਾਂਗੇ ਆਪਾਂ, ਜਾਂ ਫਿਰ ਮਿਊਕਸ ਦੀ ਰੇਸ਼ੇ ਦੀ ਲੇਅਰ ਹੈ, ਬਾਇਲ ਉਹਨੂੰ ਨਿਕਲ ਆ ਜਾਂਦਾ, ਨਾਲ ਦੀ ਨਾਲ ਸਰੀਰ ਉਹਨੂੰ ਬਾਹਰ ਕੱਢ ਦਿੰਦਾ। ਲੋਕਾਂ ਨੂੰ ਖੱਟਾ ਡਕਾਰ ਪੀਲੇ ਰੰਗ ਦਾ ਹੁੰਦਾ, ਪਾਣੀ ਨਿਕਲਦਾ ਪੀਲਾ, ਉਹ ਬਾਇਲ ਹੈ। ਬਹੁਤ ਗੱਲ ਖਰਾਬ ਹੋ ਗਈ, ਇਹਦਾ ਮਤਲਬ ਹੈ ਦੋਨੋਂ ਵਾਲਵ ਢਿੱਲੇ ਹੋ ਗਏ। ਇੰਟਰਸਟਿੰਗ ਗੱਲ ਹੈ, ਲੋਕੀ ਕਹਿਣਗੇ ਜਦ ਮੈਂ ਬਾਹਰ ਦਾ ਖਾਣਾ ਨਾ ਮੈਨੂੰ ਤੇਜ਼ਾਬ ਬੰਦ ਹੈ, ਦੇਖੋ ਜੋੜਦੇ ਨੀ ਕਨੈਕਸ਼ਨ। ਬਾਹਰ ਦੇ ਦੋ ਚੀਜ਼ਾਂ ਮੇਨ ਖਰਾਬ ਹੁੰਦੀਆਂ, ਪਹਿਲੀ ਚੀਜ਼ ਉਹ ਤਲਿਆ ਹੋਇਆ ਹੁੰਦਾ, ਦੂਜਾ ਤੇਲ ਜਿਹੜੇ ਚ ਤਲਿਆ ਹੁੰਦਾ ਉਹ ਓਮੇਗਾ 6 ਜਿਹਨੂੰ ਆਪਾਂ ਕਹਿੰਦੇ ਹਾਂ ਰਿਫਾਇੰਡ ਤੇਲ। ਜਿੱਥੇ ਤੁਸੀਂ ਰਿਫਾਇੰਡ ਤੇਲ ਜ਼ਿਆਦਾ ਖਾਇਆ ਤੁਹਾਡਾ ਵਾਲਵ ਤੇ ਤੁਹਾਡਾ ਐਸਿਡ ਖਰਾਬ ਹੋ ਜਾਂਦਾ, ਉਹ ਡਾਊਨ ਚਲਾ ਜਾਊਗਾ। ਜੀ ਜੀ, ਇਹਨੂੰ ਇੰਗਲਿਸ਼ ਚ ਕਹਿੰਦੇ ਓਮੇਗਾ 6 ਫੈਟੀ ਐਸਿਡਸ। ਜੀ, ਇੱਕ ਓਮੇਗਾ 3 ਜਿਹੜਾ ਕਿ ਬਹੁਤ ਵਧੀਆ ਸਰੀਰ ਲਈ। ਓਮੇਗਾ 6 ਫੈਟੀ ਐਸਿਡ ਜੀ ਆਪਣੇ ਸਰੀਰ ਦੇ ਜਿਹੜਾ ਤੇਜ਼ਾਬ ਹੈ ਉਹਨੂੰ ਡਾਊਨ ਕਰਦਾ ਤੇ ਉਹ ਵਾਲਵ ਖੁੱਲਾ ਹੋ ਜਾਂਦਾ। ਤਾਂ ਹੀ ਲੋਕੀ ਕਹਿਣਗੇ ਜਦੋਂ ਮੈਂ ਬਾਹਰ ਬੂਰ ਦਾ ਖਾ ਲੈਂਦੇ ਨਾ ਉਦਣ ਤੇਜ਼ਾਬ ਬਣਦਾ ਮੇਰੇ। ਜੀ ਜੀ, ਤਾਂ ਬਾਹਰ ਦਾ ਖਾਣਾ ਜ਼ਿਆਦਾਤਰ ਗੰਦੇ ਤੇਲ ਚ, ਜਿਹੜਾ ਕਿ ਸਭ ਤੋਂ ਸਸਤਾ ਘਟੀਆ ਕੁਆਲਿਟੀ ਦਾ ਤੇਲ ਹੈ, ਦੇਖੋ ਅਗਲੇ ਨੇ ਤਾਂ ਆਪਣਾ ਪੈਸਾ ਬਚਾਉਣਾ ਹੈ। ਜੀ ਜੀ, ਉਹਨੇ ਉਸ ਤੇਲ ਚ ਤਲਤਾ ਜੀ ਓਮੇਗਾ 6, ਉਹ ਤੁਹਾਨੂੰ ਵਾਪਸ ਬੈਕ ਮਾਰੇਗਾ। ਤਾਂ ਲੋਕਾਂ ਨੂੰ ਰਿਅਲਾਈਜ਼ ਨਹੀਂ ਹੁੰਦਾ, 95% ਲੋਕਾਂ ਨੂੰ ਤੇਜ਼ਾਬ ਉੱਪਰਲਾ ਵਾਲਵ ਨਾ ਬੰਦ ਹੋਣ ਕਰਕੇ ਬੰਦ ਹੈ। ਹੁਣ ਉਹ ਵਾਲਵ ਬੰਦ ਕਿਉਂ ਨਹੀਂ ਹੋਇਆ? ਪਹਿਲਾ ਕਾਰਨ, ਸਰੀਰ ਦੇ ਵਿੱਚ ਤੇਜ਼ਾਬ ਘੱਟ ਹੈ, ਜਿਹੜਾ ਕਿ ਤੁਹਾਨੂੰ ਸਮਝਾਇਆ ਪੀਐਚ ਵੈਲਿਊ 1-3 ਬਹੁਤ ਹਾਈ ਐਸਿਡ। ਦੇਖੋ ਲੋਕੀ ਸਮਝਦੇ ਨਹੀਂ, ਮਸ਼ੀਨ ਹੈ ਵੱਡੀ ਵੱਡੀ ਪਾਈਪਸ ਨੂੰ, ਗ੍ਰਾਈਆਂ ਨੂੰ ਜਬਾੜਾ ਛੋਟੇ ਛੋਟੇ ਪੀਸ ਕਰ ਦਿੰਦਾ, ਥੁੱਕ ਪਹਿਲੀ ਸਟੇਜ ਦੀ ਡਾਈਜੈਸ਼ਨ ਸ਼ੁਰੂ ਕਰ ਦਿੰਦਾ, ਢਿੱਡ ਚ ਉਹਦੇ ਚ ਤੇਜ਼ਾਬ ਪਿਆ, ਉਹਨੂੰ ਗਾਲ ਦੇਣਾ ਜਮਾ ਹੀ, ਫਿਰ ਉਹ ਨੀਚੇ ਜਾਂਦਾ ਪੈਨਕ੍ਰੀਅਸ ਲਿਪੇਸ ਤੇ ਆਪਣਾ ਲਿਵਰ ਬਾਇਲ ਬਣਾ ਕੇ ਉਹਨੂੰ ਮਿਕਸ ਕਰਦਾ ਤਾਂ ਕਿ ਆਂਤੜਾ ਉਹਦੇ ਚੋਂ ਚੰਗੀਆਂ ਚੀਜ਼ਾਂ ਚੂਸ ਲੈਣ। 12 ਫੁੱਟ ਦੀ 12 ਫੁੱਟ ਚ ਸਾਰਾ ਚੂਸ ਕੇ ਜੋ ਨਹੀਂ ਚਾਹੀਦਾ ਸਰੀਰ ਨੂੰ ਕੱਢ ਦਿੰਦਾ। ਸਿੰਪਲ ਮਸ਼ੀਨ ਹੈ, ਹਰ ਇੱਕ ਚੀਜ਼ ਦਾ ਕੰਮ ਹੈ। ਹੁਣ ਇਮੈਜਿਨ ਜਬਾੜੇ ਨੇ ਚੱਬਿਆ ਹੀ ਨਹੀਂ ਜਾਂ ਥੁੱਕ ਨੇ ਮਿਕਸ ਨਹੀਂ ਕਰੇ, ਤਾਂ ਹੀ ਲੋਕੀ ਕਹਿੰਦੇ ਸੀ 32 ਵਾਰੀ ਚੱਬਣਾ ਚਾਹੀਦਾ। ਉਹਦਾ ਮਤਲਬ ਇਹ ਹੈ ਕਿ ਉਹਨੂੰ ਚੰਗੀ ਤਰ੍ਹਾਂ ਬਹੁਤ ਛੋਟੇ ਪੀਸ ਹੋਣੇ ਚਾਹੀਦੇ ਨੇ। ਜਬਾੜਾ ਚੱਬੂਗਾ ਨਹੀਂ, ਐਸਿਡ ਵੀ ਕੁਛ ਨਹੀਂ ਕਰ ਸਕਦਾ। ਇਹ ਐਸਿਡ ਨਹੀਂ ਹੈਗਾ, ਆਂਤੜਾਂ ਲਿਵਰ ਤੇ ਪੈਨਕ੍ਰੀਆ ਕੁਛ ਨਹੀਂ ਕਰ ਸਕਦੇ। ਪਰ ਇੱਕ ਛੋਟਾ ਟਿਪ ਹੈ ਜਿਹਨੂੰ ਜ਼ਿਆਦਾ ਤੇਜ਼ਾਬ ਬਣਦਾ ਹੈ ਜੀ, ਅਗਰ ਉਹਨੂੰ ਨਿੰਬੂ ਢਿੱਡ ਚ ਲੱਗਦਾ ਨਹੀਂ, ਉਹਨੇ ਨਿੰਬੂ ਪੀਤਾ ਲੱਗਿਆ ਨਹੀਂ, ਉਹ 95% ਕੇਸਾਂ ਦਾ ਵਾਲਾ ਬੰਦਾ ਹੈ ਜਿਹਨੂੰ ਤੇਜ਼ਾਬ ਘੱਟ ਹੋਣ ਕਰਕੇ ਬਣ ਰਿਹਾ। ਤਾਂ ਐਕਸਪੈਰੀਮੈਂਟ ਹੈ, ਨਿੰਬੂ ਲਓ, ਬਹੁਤ ਥੋੜੇ ਪਾਣੀ ਚ ਨਿੰਬੂ ਪੀ ਲਓ, ਰਿਐਕਸ਼ਨ ਕੋਈ, ਜੇ ਤੁਹਾਨੂੰ ਤਾਂ ਰਿਐਕਸ਼ਨ ਆਇਆ ਮਤਲਬ ਢਿੱਡ ਦੁਖਣ ਲੱਗ ਗਿਆ, ਐਂ ਲੱਗਿਆ ਕਿ ਸੱਟ ਪੈਣ ਲੱਗ ਗਿਆ, ਫਿਰ 5% ਕੇਸਾਂ ਵਾਲੇ ਹੋ, ਵਰਨਾ 95% ਲੋਕਾਂ ਦਾ ਤੇਜ਼ਾਬ ਘੱਟ ਹੈ। ਅੱਛਾ, ਹਾਂਜੀ, ਤੇ ਇਹ ਐਕਸਪੈਰੀਮੈਂਟ ਕਰਕੇ ਦੇਖਿਆ ਹੋਇਆ। ਅੱਛਾ, ਐ ਨਹੀਂ ਹੈ ਕਿ ਨਵੀਂ ਚੀਜ਼ ਹੈ ਕੋਈ, 4000 ਲੋਕਾਂ ਤੇ ਤਜਰਬਾ ਕਰਿਆ ਹੋਇਆ ਮੈਨੇ ਇਸ ਚੀਜ਼ ਦਾ। ਅੱਛਾ, ਸਿਰਫ 5% ਲੋਕ ਇਸ ਚੀਜ਼ ਤੋਂ ਬਾਹਰ ਨੇ, 95% ਲੋਕ ਤੇਜ਼ਾਬ ਘੱਟ ਹੋਣ ਕਰਕੇ ਤੇਜ਼ਾਬ ਬਣਦਾ।
ਹੁਣ ਆ ਗਏ ਅਗਲੇ ਦੋ ਫੈਕਟਰ ਜੇ ਤੁਹਾਡੇ ਬੋਡੀ ਚ ਪੋਟਾਸ਼ੀਅਮ ਦੀ ਡੈਫੀਸ਼ੀਐਂਸੀ ਹੈ ਜਾਂ ਤੁਹਾਡੀ ਬੋਡੀ ਚ ਕੈਲਸ਼ੀਅਮ ਘੱਟ ਹੈ ਇਹ ਵਾਲਵ ਹੈ ਵਾਲਵ ਮਸਲ ਹੈ ਤੁਹਾਨੂੰ ਦੇਖਿਆ ਲੋਕ ਰਾਤ ਨੂੰ ਨਾੜ ਚੜ੍ਹ ਜਾਂਦੀ ਲੱਤ ਚ ਡਾਕਟਰ ਉਹਨੂੰ ਟੈਕਨੀਸ਼ੀਅਨ ਦਿੰਦਾ ਉਹ ਨਾੜ ਠੀਕ ਹੋ ਜਾਂਦੀ ਹੈ ਹੈ ਨਾ ਉਹ ਕਿਉਂ ਠੀਕ ਹੁੰਦੀ ਹੈ ਕੈਲਸ਼ੀਅਮ ਮਸਲਸ ਨੂੰ ਸਟਿਫ ਹੋਣ ਤੋਂ ਰੋਕਦਾ ਇਹ ਵਾਲਵ ਸਟਿਫ ਹੋ ਜਾਂਦਾ ਹੈ ਜੇ ਸਟਿਫ ਹੋ ਜਾਊਗਾ ਨਾ ਖੁੱਲੂਗਾ ਨਾ ਬੰਦ ਹੋਊਗਾ ਕੈਲਸ਼ੀਅਮ ਦੀ ਕਮੀ ਇਹ ਵਾਲਵ ਨੂੰ ਰੋਕ ਦਿੰਦੀ ਹੈ ਹੁਣ ਪੋਟਾਸ਼ੀਅਮ ਵੀ ਮਸਲ ਰਿਲੈਕਸੈਂਟ ਹੈ ਹੁਣ ਮਸਲ ਰਿਲੈਕਸੈਂਟ ਕਿਉਂ ਹੈ ਪੋਟਾਸ਼ੀਅਮ ਕਿਉਂਕਿ ਪੋਟਾਸ਼ੀਅਮ ਕੰਟਰੋਲ ਕਰਦਾ ਸੋਡੀਅਮ ਦੀ ਅਪ ਡਾਊਨ ਮਸਲ ਨੂੰ ਸੋਡੀਅਮ ਨਹੀਂ ਚਾਹੀਦਾ ਪੋਟਾਸ਼ੀਅਮ ਵੀ ਚਾਹੀਦਾ ਜਦ ਲੋਕੀ ਬਹੁਤ ਐਕਸਰਸਾਈਜ਼ ਕਰਦੇ ਆ ਨਾ ਉਹਨਾਂ ਦੇ ਨਾੜ ਚੜ੍ਹ ਜਾਂਦਾ ਤਾਂ ਸੋਡੀਅਮ ਪੋਟਾਸ਼ੀਅਮ ਡਾਊਨ ਹੋ ਜਾਂਦਾ ਹੁਣ ਲੋਕੀ ਹਰੀ ਚੀਜ਼ ਕੋਈ ਨਹੀਂ ਖਾਂਦੇ ਜੇ ਖਾਂਦੇ ਵੀ ਉਹਨੂੰ ਕੁੱਕ ਕਰਕੇ ਖਾਂਦੇ ਆ ਸਾਰਾ ਪੋਟਾਸ਼ੀਅਮ ਮਰ ਗਿਆ ਤੁਹਾਡੀ ਬੋਡੀ ਤਾਂ ਪੋਟਾਸ਼ੀਅਮ ਦੀ ਕਮੀ ਹੋ ਗਈ ਤਾਂ ਤੁਹਾਡੇ ਮੈਨੂੰ ਪਤਾ ਤੁਹਾਡੇ ਵਿਊਅਰਸ ਇਸ ਮਾਮਲੇ 'ਚ ਬਹੁਤ ਅੱਛੇ ਨੇ ਸਲਾਦ ਖਾਂਦੇ ਨੇ ਮਗਰ ਸਲਾਦ 'ਚ ਇਕੱਲੀ ਪੱਤੀ ਨਹੀਂ ਖਾਣੀ ਇਕੱਲਾ ਖੀਰਾ ਨਹੀਂ ਖਾਣਾ ਹਰੇ ਪੱਤੇ ਉਹ ਵੀ ਬਿਨਾਂ ਕੁੱਕ ਕਰੇ ਖਾਣੇ ਹੈ ਉਹਨਾਂ ਨੂੰ ਕੁੱਕਰ 'ਚ ਸੀਟੀ ਨਹੀਂ ਮਰਵਾ ਦੇਣੀ ਕਹਿਣਗੇ ਮੈਂ ਕਣਕ ਦਾ ਸਾਗ ਖਾਇਆ ਸੀ ਜੀ ਮੈਂ ਤਾਂ ਪਾਲਕ ਖਾਇਆ ਸੀ ਮੈਂ ਕਿਹਾ ਪਾਲਕ ਉਹਨੂੰ ਕੁੱਕਰ 'ਚ ਕਿੰਨੇ ਦਿਨ ਕੁੱਕ ਰਿਹਾ ਸੀਗਾ ਤਿੰਨ ਤਿੰਨ ਤੜਕੇ ਲੱਗ ਗਏ ਉਹਨੂੰ ਕਹਿੰਦੇ ਜਿੰਨੇ ਤੜਕੇ ਲਾਉਂਦੇ ਉਨਾ ਸਵਾਦ ਲੱਗਦਾ ਸਵਾਦ ਜੀਭ ਨੂੰ ਤਾਂ ਲੱਗਿਆ ਸਵਾਦ ਢਿੱਡ ਨੇ ਕੀ ਕਰਿਆ ਵਿਚਾਰੇ ਦਾ ਹਾਂ ਜਿਹੜੀ ਚੀਜ਼ ਨੂੰ ਆਪਾਂ ਕਿਸੇ ਵੀ ਚੀਜ਼ ਨੂੰ ਪਕਾਉਂਦੇ ਪਤਾ ਕਿਉਂ ਹੈ ਉਹ ਪ੍ਰੀਜ਼ਰਵਡ ਹੋ ਜਾਂਦੀ ਹੈ ਪ੍ਰੀਜ਼ਰਵਡ ਦਾ ਮਤਲਬ ਉਹ ਗਲਦੀ ਨਹੀਂ ਜਲਦੀ ਜਦ ਆਪਾਂ ਫਰਾਈ ਕਰ ਦਿੰਦੇ ਹਾਂ ਉਹ ਉਸ ਤੋਂ ਵੀ ਜ਼ਿਆਦਾ ਪ੍ਰੀਜ਼ਰਵਡ ਹੋ ਜਾਂਦੀ ਹੈ ਜਦ ਕੰਪਨੀ ਵਾਲੇ ਉਹਨੂੰ ਪੈਕਟ 'ਚ ਪਾ ਦਿੰਦੇ ਹੈ ਤਾਂ ਉਹਦੇ 'ਚ ਅਜੀਨੋਮੋਟੋ ਨਾਮ ਦੀ ਇਹੀ ਚੀਜ਼ ਪਾਉਂਦੇ ਹਾਂ ਕਿ ਉਹ ਕਦੇ ਵੀ ਨਹੀਂ ਗਲਦੀ ਫਿਰ ਲੋਕਾਂ ਨੂੰ ਆਂਤੜਾਂ ਦਾ ਕੈਂਸਰ ਤੱਕ ਹੋ ਜਾਂਦਾ ਕਿਉਂਕਿ ਆਂਤੜਾਂ 'ਚ ਉਹ ਚੀਜ਼ ਗਲੀ ਹੈ ਨਹੀਂ ਉਹ ਲੜਦੇ ਹੀ ਰਹਿ ਗਏ ਆਹ ਮੈਗੀ ਨੂਡਲ ਆਹ ਜਿਹੜਾ ਮੈਦਾ ਹੈ ਜਿਹੜਾ ਅਜੀਨੋਮੋਟੋ ਮੈਗੀ ਜਿਹੜਾ ਛੋਟਾ ਪੈਕਟ ਹੈ ਉਸ 'ਚ ਐਮ ਐਸ ਜੀ ਮੋਨੋ ਸੋਡੀਅਮ ਗਲੂਕੋਨੇਟ ਜਿੱਦਣ ਮੈਨੇ ਆਤਮ ਹੱਤਿਆ ਕਰਨੀ ਹੋਏਗੀ ਨਾ ਮੈਂ ਉਹ ਖਾ ਲੂੰਗਾ ਦੇਖ ਲਓ ਮਤਲਬ ਮੈਂ ਉਹਨੂੰ ਇਸ ਲੈਵਲ ਤੱਕ ਦੀ ਪੋਇਜ਼ਨ ਦੱਸਦਾ ਤੇ ਲੋਕੀ ਆਪਣੇ ਬੱਚਿਆਂ ਨੂੰ ਬਾਰਾਂ ਬਾਰਾਂ ਵਾਲਾ ਪੈਕਟ ਸਸਤਾ ਪੈਂਦਾ ਜੀ ਇਹ ਲਿਆ ਕੇ ਦੇ ਦਿੰਦੇ ਹਾਂ ਨਹੀਂ ਆਪਾਂ ਮੁੱਲ ਜ਼ਹਿਰ ਲਿਆਉਂਦੇ ਘਰੇ ਚੰਗੀ ਚੀਜ਼ ਆਪਾਂ ਲਿਆ ਤਾਂ ਤੇਜ਼ਾਬ ਦੇ ਉੱਪਰ ਪਹਿਲੀ ਚੀਜ਼ ਤੇਜ਼ਾਬ ਵਿੱਚ 95% ਕੇਸਾਂ ਨੂੰ ਤਦ ਬਣਦਾ ਜੇ ਉਹਨਾਂ ਦੇ ਢਿੱਡ ਦਾ ਤੇਜ਼ਾਬ ਘੱਟ ਹੈ ਤੇ ਇਹ ਐਕਸਪੈਰੀਮੈਂਟ ਹੈ ਮੇਰੀ ਗੱਲ ਨਾ ਮੰਨੋ ਕਰਕੇ ਦੇਖੋ ਅੱਜ ਤਾਂ ਤੁਸੀਂ ਮੇਰੇ ਤੋਂ ਪੁੱਛੋਗੇ ਮੈਂ ਉਹ ਵੀ ਦੱਸੂਗਾ ਉਹ ਤੋਂ ਬਾਅਦ ਤਾਂ ਚੀਜ਼ ਹੋ ਜਾਂਦੀ ਹੈ ਤਾਂ ਇਹ ਮੇਰੀ ਪਹਿਲੀ ਜਿਹੜੀ ਸਾਡੀ ਰਿਸਰਚਡ ਇੱਕ ਤਾਂ ਹੁੰਦਾ ਨਾ ਕਿ ਪੜ੍ਹੀ ਹੋਈ ਗੱਲ ਹੈ ਨਾ ਅਸੀਂ ਖੁਦ ਤਜਰਬਾ ਕਰਿਆ ਹੋਇਆ ਲੋਕਾਂ ਨਾਲ ਸੱਤ ਭਾਵ ਤੋਂ ਜਿਹੜੇ ਬੰਦੇ ਦਿੱਕਤ ਸੀਗੇ ਤੇਜ਼ਾਬ ਦੇ ਉਹਨਾਂ ਨੂੰ ਠੀਕ ਹਾਂਜੀ ਹੁਣ ਆ ਗਈ ਇੱਕ ਹੋਰ ਗੱਲ ਜਿਹੜੀ ਕਿ ਬਹੁਤ ਦਿੱਕਤ ਹੈ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਬਿਲਕੁਲ 90% ਹਿੰਦੁਸਤਾਨੀ ਵਿਟਾਮਿਨ ਡੀ ਲੋ ਰਹੀ ਫਿਰਦੇ ਨੇ ਹੁਣ ਡਾਕਟਰ ਨੇ ਕਦੇ ਨਾ ਕਦੇ ਕਿਹਾ ਹੁੰਦਾ ਕਿ ਆਹ ਵਿਟਾਮਿਨ ਡੀ ਦਾ ਸ਼ੋਟ ਜਾਂ ਪੈਕ ਲਿਫਾਫਾ ਜਾਂ ਖੋਲ ਕੇ ਹਰ ਰੋਜ਼ ਸਵੇਰੇ ਲੈਣਾ ਵਿਟਾਮਿਨ ਡੀ ਆਪਣੇ ਸਰੀਰ 'ਚ ਨਾ ਸਟ੍ਰੈਸ ਕੱਢਣ ਵਾਲਾ ਹਾਰਮੋਨ ਵਾਂਗੂ ਕੰਮ ਕਰਦਾ ਜਿਹੜਾ ਹਾਰਮੋਨ ਦਾ ਨਾਮ ਹੈ ਕੋਰਟੀਸੋਲ ਐਡਰੀਨਲ ਬਣਾ ਜਿਹੜੇ ਕਿ ਆਪਣੇ ਗੁਰਦਿਆਂ ਦੇ ਉੱਪਰ ਇੱਕ ਚੀਜ਼ ਲੱਗੀ ਹੁੰਦੀ ਹੈ ਇੱਕ ਅੰਗ ਉਹਦਾ ਨਾਮ ਹੈ ਐਡਰੀਨਲ ਪਤੰਗ ਵਰਗੀ ਸ਼ੇਪ ਹੁੰਦੀ ਹੈ ਐਵੇਂ ਉਹ ਇੱਕ ਹਾਰਮੋਨ ਬਣਾਉਂਦਾ ਕੋਰਟੀਸੋਲ ਉਹ ਸਟ੍ਰੈਸ ਤੋਂ ਬਚਾਉਂਦਾ ਵਿਟਾਮਿਨ ਡੀ ਉਹਦੇ ਵਰਗਾ ਕੰਮ ਕਰਦਾ ਹੁਣ ਇਮੈਜਿਨ ਕਰੋ ਤੁਹਾਡੇ ਬੋਡੀ 'ਚ ਵਿਟਾਮਿਨ ਡੀ ਘੱਟ ਹੈ ਤੁਸੀਂ ਸਟ੍ਰੈਸ ਮੋੜ ਨਹੀਂ ਸਕਦੇ ਸਟ੍ਰੈਸ ਆ ਜਾਂਦਾ ਮੁੜਦਾ ਨਹੀਂ ਉਹੀ ਪਿਛਲੀ ਵੀਡੀਓ ਵਾਲੀ ਗੱਲ ਹੋ ਗਈ ਵਿਟਾਮਿਨ ਡੀ ਲੋ ਕੀ ਹੁੰਦਾ ਲਿਵਰ ਫੈਟੀ ਹੈ ਕਿਉਂਕਿ ਲੋਕੀ ਵਿਟਾਮਿਨ ਡੀ ਖਾਂਦੇ ਤਾਂ ਹੈ ਸਰੀਰ ਉਹਨੂੰ ਪ੍ਰੋਸੈਸ ਨਹੀਂ ਕਰ ਪਾ ਰਿਹਾ ਵਿਟਾਮਿਨ ਡੀ ਫੈਟ ਸੋਲਬਲ ਵਿਟਾਮਿਨ ਹੈ ਮਤਲਬ ਉਹ ਤੇਲ 'ਚ ਮਿਕਸ ਹੁੰਦਾ ਤੇਲ ਨੂੰ ਕੌਣ ਤੋੜਦਾ ਲਿਵਰ ਕੀ ਬਣਾ ਕੇ ਬਾਇਲ BILE ਪੀਲੇ ਰੰਗ ਦਾ ਇੱਕ ਉਹ ਬਣਾਉਂਦਾ ਲਿਵਰ ਜਿਹੜਾ ਗੋਲ ਬਲੈਡਰ ਦੇ ਥਰੂ ਜਾਂਦਾ ਤੇ ਉਹ ਤੋੜਦਾ ਤਾਂ ਵਿਟਾਮਿਨ ਡੀ ਤੁਸੀਂ ਦੇਖੋ ਕਈ ਲੋਕ ਸਿਰਫ ਵਿਟਾਮਿਨ ਡੀ ਲੈਣਾ ਸ਼ੁਰੂ ਕਰ ਦੇਣਗੇ ਤੇਜ਼ਾਬ ਬਣਨਾ ਘੱਟ ਜਾਏਗਾ ਨਹੀਂ ਆਪਾਂ ਇੱਥੇ ਮਾਫ਼ ਕਰਨਾ ਤੁਹਾਨੂੰ ਰੋਕਣਾ ਇੱਥੇ ਆਪਾਂ ਇਹ ਕਹਿ ਦਈਏ ਤੇ ਇਹਦੇ 'ਚ ਵੀ ਕੋਈ ਝੂਠ ਨਹੀਂ ਹੋਏਗਾ ਵੀ ਜੇਕਰ ਕਿਸੇ ਬੰਦੇ ਨੂੰ ਚਿੰਤਾ ਰੋਗ ਹੈ ਜੇ ਕਿਸੇ ਨੂੰ ਡਿਪਰੈਸ਼ਨ ਹੈ ਜੇ ਕਿਸੇ ਨੂੰ ਮਾਈਗ੍ਰੇਨ ਹੈ ਕੋਈ ਇਸ ਤਰ੍ਹਾਂ ਦੀ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਚਿੰਤਾ ਹੈਗੀ ਹੈ
ਤੇ ਉਹ ਲਗਾਤਾਰ ਉਸਨੂੰ ਤੰਗ ਕਰ ਰਹੀ ਹੈ ਤੇ ਉਹ ਧੁੱਪੇ ਬੈਠਣਾ ਸ਼ੁਰੂ ਕਰਦੇ ਤੇ ਉਹ ਠੀਕ ਹੋ ਸਕਦਾ ਸਰ? ਤੁਹਾਡੇ ਯੂਕੇ ਵਾਲੇ ਵਿਊਅਰਸ ਇਸ ਗੱਲ ਤੇ 110% ਐਗਰੀ ਕਰਨਗੇ। ਸਭ ਤੋਂ ਜ਼ਿਆਦਾ ਡਿਪਰੈਸ਼ਨ ਕਿਹੜੀ ਕੰਟਰੀਆਂ 'ਚ ਹੈ ਤੁਸੀਂ ਰਿਸਰਚ ਕਰਨਾ, ਜਿੱਥੇ ਧੁੱਪ ਨਹੀਂ ਨਿਕਲਦੀ, ਜਿੱਥੇ ਹਮੇਸ਼ਾ ਓਵਰਕਾਸਟ ਰਹਿੰਦੀ ਹੈ, ਸੂਰਜ ਤੇ ਡਿਪਰੈਸ਼ਨ ਦਾ ਬਹੁਤ ਲੈਣਾ ਦੇਣਾ। ਤੁਸੀਂ ਦੇਖੋ ਪਿਛਲੇ 2 ਸਾਲਾਂ 'ਚ ਡਿਪਰੈਸ਼ਨ ਲਈ ਦਵਾਈ 10 ਗੁਣਾ ਵੱਧ ਗਈ, ਲੋਕੀ ਘਰੋਂ ਨਿਕਲ ਹਟ ਗਏ। ਵਰਕ ਫਰੋਮ ਹੋਮ ਬੜਾ ਵਧੀਆ, ਬੈਠੇ ਖਾਈ ਜਾਓ, ਲੈਪਟਾਪ ਤੇ ਬਹਿ ਜਾਓ, ਬੈਕਗ੍ਰਾਉਂਡ ਸੋਹਣੀ ਲਾ ਲਓ, ਭਲੇ ਇਹ ਸਰੀਰ ਧੁੱਪਣਾ ਚੱਲਦਾ। ਆਪਾਂ ਕਈ ਵਾਰੀ 50,000 IU ਵਿਟਾਮਿਨ ਡੀ ਡੇਲੀ ਚਾਹੀਦਾ ਕਈ ਕੇਸਾਂ ਨੂੰ, ਜੇ ਡਿਪਰੈਸ਼ਨ ਦਾ ਕੇਸ ਹੈ ਉਹਨੂੰ ਉਸ ਤੋਂ ਵੀ ਵੱਧ ਚਾਹੀਦਾ। ਡਿਪਰੈਸ਼ਨ ਵਾਲਾ ਬੰਦਾ ਬਿਲਕੁਲ ਪੁੱਠਾ ਕੰਮ ਕਰਦਾ, ਉਹ ਕੀ ਕਰਦਾ, ਉਹ ਹੋਰ ਅੰਦਰ ਚਲਾ ਜਾਂਦਾ, ਉਹ ਨਿਕਲਦਾ ਹੀ ਨਹੀਂ ਬਾਹਰ। ਜਿੰਨਾ ਦੇਖੋ ਇੱਕ ਤੁਹਾਨੂੰ ਪਤਾ ਸੋਸਾਇਟੀ ਹੈ ਟ੍ਰੀ ਹੈਗਿੰਗ ਸੋਸਾਇਟੀ, ਉਹ ਪਤਾ ਕੀ ਕਰਦੇ ਨੇ, ਸਿਰਫ ਪੇੜਾਂ ਜੱਫੀ ਪਵਾਉਂਦੇ ਆ ਬੰਦਾ ਠੀਕ। ਉਹ ਇੱਕ ਪਿੱਛੇ ਜੇ ਇੱਕ MP ਦੇ ਵਿੱਚ, ਮੇਰੇ ਖਿਆਲ ਤੇ MP ਦੇ ਵਿੱਚ ਹੀ ਹੈ, ਉੱਥੇ ਦਰਖਤ ਕੱਟਣ ਦਾ ਸਰਕਾਰ ਨੇ ਕੁਛ ਕੀਤਾ ਸੀਗਾ, ਦਰਖਤ ਕੱਟਣੇ ਸ਼ੁਰੂ ਕੀਤੇ ਸੀ ਤੇ ਉੱਥੇ ਦੇ ਜਿਹੜੇ ਆਦਿਵਾਸੀ ਸੀਗੇ ਉਹਨਾਂ ਨੇ ਚਿਪਕੋ ਅੰਦੋਲਨ ਚਲਾਇਆ ਸੀਗਾ, ਉਹ ਦਰਖਤਾਂ ਦੇ ਨਾਲ ਚਿਪਕ ਗਏ ਸੀਗੇ ਵੀ ਜੇ ਅਸੀਂ ਨਹੀਂ ਇਹਨਾਂ ਨੂੰ ਕੱਟਣ ਦਿੰਦੇ। ਤੋ ਏਦਾਂ ਦੇ ਵਾਤਾਵਰਨ ਪ੍ਰੇਮੀ ਜਿਹੜੇ ਹੋਣਗੇ ਉਹ ਮਤਲਬ ਮੈਨੂੰ ਤੁਸੀਂ ਮੈਨੂੰ ਉਹ ਯਾਦ ਦਵਾ ਦਿੱਤੀ ਜਿਹੜੀ ਮਤਲਬ ਟ੍ਰੀ ਹੱਗਿੰਗ ਸੋਸਾਇਟੀ ਜਿਹੜੀ ਹੈਗੀ। ਸਰ ਉਹ ਸੋਸਾਇਟੀ ਲੋਕਾਂ ਦੀ ਬਿਮਾਰੀ ਠੀਕ ਕਰਦੀ ਹੈ ਸਿਰਫ ਪੇੜਾਂ ਨਾਲ ਜੱਫੀ ਪਵਾ ਕੇ। ਦੇਖੋ ਤਿੰਨ ਚੀਜ਼ਾਂ ਆਟੋਮੈਟਿਕ ਹੋਣੀਆਂ, ਇੱਕ ਤਾਂ ਲਾਈਫ ਨਾਲ ਕਨੈਕਸ਼ਨ ਜੁੜ ਗਿਆ, ਉਹ ਟ੍ਰੀ ਜਿੰਦੀ ਹੁੰਦੀ ਹੈ, ਦੂਜੇ ਨੰਬਰ ਤੇ ਧੁੱਪ ਮਿਲੀ, ਤੀਜੇ ਨੰਬਰ ਤੇ ਬਾਹਰ ਨਿਕਲੇ, ਕਿਸੇ ਕਿਸੇ ਚੀਜ਼ ਦਾ ਹਿੱਸਾ ਬਣ ਗਏ ਉਹ। ਸਰ ਡਿਪਰੈਸ਼ਨ ਦਾ ਧੁੱਪ ਨਾਲ ਵਿਟਾਮਿਨ ਡੀ ਦੇ ਨਾਲ ਐਡਾ ਬੜਾ ਕਨੈਕਸ਼ਨ ਹੈ ਕਿ ਰਹੇ ਰੱਬ। ਦੇਖੋ ਆਪਣਾ ਜਿੰਦੇ ਪ੍ਰਾਣੀ ਹੈ, ਜੇ ਤੁਸੀਂ ਸਾਰਾ ਦਿਨ ਦੀਵਾਰਾਂ ਦੇ ਵਿੱਚ ਰਹੋਗੇ, ਦੀਵਾਰਾਂ ਜਿੰਦੀਆਂ ਨਹੀਂ ਹੈ, ਸਾਡਾ ਸਮਾਨ ਹੈ, ਸੈੱਲ ਫੋਨ ਤੁਹਾਡੇ, ਜੋ ਵੀ ਤੁਸੀਂ ਤੁਹਾਨੂੰ ਪਸੰਦ ਹੈ, ਇਹ ਜਿੰਦੀਆਂ ਚੀਜ਼ਾਂ ਨਹੀਂ ਹੈ। ਲਾਈਫ ਲਾਈਫ ਦੇ ਵਿੱਚ ਥਰਾਈਵ ਕਰਦੀ ਹੈ ਨਾ। ਉਹ ਕੁਲਦੀਪ ਮਾਣਕ ਦੀ ਗੱਲ ਯਾਦ ਆਉਂਦੀ, ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿੱਚ ਕੇਲਿਆਂ ਦੇ, ਗੱਭਰੂ ਚਹਾਣ ਦੀਆਂ ਮੁਟਿਆਰਾਂ, ਜ਼ਿੰਦਗੀ ਜ਼ਿੰਦਗੀ ਨਾਲ ਫਲਰਿਸ਼ ਕਰਦੀ ਹੈ। ਜੇ ਤੁਸੀਂ ਜ਼ਿੰਦਗੀ ਨੂੰ ਡੈੱਡ ਚੀਜ਼ਾਂ 'ਚ ਰੱਖ ਦੋਗੇ ਉਹ ਵੀ ਡੈੱਡ ਹੋ ਜਾਂਦੀ ਹੈ। ਆਪਣੇ ਅੰਦਰ ਇੱਕ ਜੋ ਮਰਜ਼ੀ ਕਹਿ ਦਿਓ ਹੈ ਨਾ, ਇੱਕ ਕੋਈ ਆਪਣੇ ਅੰਦਰ ਐਨੀਮੇਸ਼ਨ ਹੈਗੀ ਹੈ, ਇਹ ਤਦ ਕਰਦੀ ਹੈ ਜਦੋਂ ਇਹ ਐਕਸਟ੍ਰੋਵਰਟਿਡ ਇਹ ਬਾਹਰ ਦੇਖਦੀ ਹੈ। ਜਿੰਨਾ ਤੁਸੀਂ ਬੰਦੇ ਨੂੰ ਪਾਗਲ ਕਰਨਾ ਨਾ, ਉਹਨੂੰ 1 ਕਰੋੜ ਰੁਪਇਆ ਦੇ ਕੇ ਚਾਹੇ ਉਹਨੂੰ ਕਹੇ ਆਨਲਾਈਨ ਜੋ ਮਰਜ਼ੀ ਆਰਡਰ ਕਰ ਲੈ, ਮਗਰ ਉਹਨੂੰ 4x4 ਦੇ ਕਮਰੇ 'ਚ ਬੰਦ ਕਰ ਦਿਓ 5 ਦਿਨ ਲਈ, ਉਹ ਗਿਆ ਜੀ, ਉਹ ਮਾਨਸਿਕ ਸੰਤੁਲਨ ਹਿੱਲ ਜਾਏਗਾ ਉਹਦਾ। ਤਾਂ ਵਿਟਾਮਿਨ ਡੀ ਬਹੁਤ ਬੜਾ ਕਨੈਕਸ਼ਨ ਹੈ। ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕੈਲਸ਼ੀਅਮ, ਬਾਈਕਾਰਬੋਨੇਟ ਅੱਛਾ ਕੈਲਸ਼ੀਅਮ ਹੁੰਦਾ, ਚੂਨਾ ਨੂੰ ਚੂਨਾ ਬਾਡੀ ਨਹੀਂ ਡਾਇਜੈਸਟ ਕਰ। ਹਾਂਜੀ, ਹੁਣ ਲੋਕੀ ਕੈਲਸ਼ੀਅਮ ਪਿੱਛੇ ਦੁੱਧ ਪੀਂਦੇ ਆ, ਦੁੱਧ ਕੈਲਸ਼ੀਅਮ ਨੂੰ ਮਾਰਦਾ ਟੈਂਪਰੇਰੀਲੀ, ਆਪਾਂ ਨੇ ਤੇਜ਼ਾਬ ਬਣਾਉਣਾ, ਉਹ ਤੇਜ਼ਾਬ ਨੂੰ ਮਾਰਦਾ ਕੌਣ ਹੈ, ਸਟ੍ਰੈਸ ਸਭ ਤੋਂ ਪਹਿਲਾਂ, ਤਲਿਆ ਹੋਇਆ ਓਮੇਗਾ 6 ਜਿਹਨੂੰ ਕਹਿੰਦੇ ਰਿਫਾਇੰਡ ਆਇਲ, ਘੱਟ ਤੇਜ਼ਾਬ, ਜੇ ਤੇਜ਼ਾਬ ਘੱਟ ਹੈ ਤਾਂ ਵੀ ਤੇਜ਼ਾਬ ਹੋਰ ਬਣਦਾ ਪੁੱਠੇ ਪਾਸੇ ਨੂੰ ਬਣਦਾ। ਹਾਂਜੀ, ਹੁਣ ਜਿਹੜੇ 5% ਕੇਸ ਨੇ ਜਿਹਨਾਂ ਨੂੰ ਕਹਿੰਦੇ ਹਾਈਪਰ ਐਸਿਡਿਟੀ, ਉਹ ਕੁਛ ਹੋਰ ਕੇਸ ਨੇ, ਉਹਨਾਂ ਦੇ ਅੰਦਰ ਢਿੱਡ ਦੇ ਵਿੱਚ ਅਲਸਰ ਹੋ ਜਾਂਦਾ, ਉਹ ਇੰਨਾ ਤੇਜ਼ਾਬ ਹੋ ਜਾਂਦਾ, ਕਿਹੜੀ ਲੇਅਰ ਨੇ ਢਿੱਡ ਨੂੰ ਬਚਾਉਣਾ ਸੀ ਉਹ ਖੁਰ ਗਈ, ਢਿੱਡ ਨੂੰ ਤੇਜ਼ਾਬ ਤੰਗ ਕਰਨ ਲੱਗ ਗਿਆ। ਪਰ ਇਹ ਕੇਸਿਸ ਬਹੁਤ ਘੱਟ ਨੇ, ਇਹਨਾਂ ਦਾ ਵੀ ਇਲਾਜ ਹੈਗਾ, ਬਹੁਤ ਸਿੰਪਲ ਇਲਾਜ ਹੈ, ਉਹਨਾਂ ਦਾ ਇਲਾਜ ਹੈ ਕੈਬੇਜ, ਜਿਹਨੂੰ ਆਪਾਂ ਪੱਤਾ ਗੋਭੀ ਕਹਿੰਦੇ ਹਾਂ, ਇਲਾਜ ਹੈ ਵੀਟ ਗ੍ਰਾਸ, ਕਲੋਰੋਫਿਲ, ਇਹਨਾਂ ਦਾ ਇਲਾਜ ਹੈ ਮਰਿੰਗਾ, ਮਰਿੰਗਾ ਹਾਂ, ਜਿਹੜੀ ਸੁਹਾਂਜਣਾ, ਹਾਂਜੀ, ਜਿਹੜੀ ਚੀਜ਼ ਹਰੀ ਹੈ ਅਨਕੁਕਡ ਹੈ ਉਹਨੂੰ ਕਲੋਰੋਫਿਲ ਕਹਿੰਦੇ ਹਾਂ, ਜਿਹੜੀ ਕਿ ਸੂਰਜ ਗ੍ਰੀਨ ਬਣਾਉਂਦੀ ਹੈ, ਕਲੋਰੋਫਿਲ ਜਿਹੜੇ ਅਲਸਰ ਸਟਮਕ ਅਲਸਰ ਨਹੀਂ ਹੁੰਦੇ ਜਿਹੜੇ, ਉਹਨਾਂ ਨੂੰ ਠੀਕ ਕਰ ਦਿੰਦੀ ਹੈ। ਸਾਡੇ ਕੋਲ ਤਰੀਕਾ ਹੈਗਾ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਉਹ ਚੀਜ਼ਾਂ ਤੋਂ ਬਚਾ ਸਕਦੇ ਹੋ, ਮਗਰ ਇਹ ਕੇਸ ਬਹੁਤ ਘੱਟ ਨੇ, ਹੈਗੇ ਨੇ ਕੇਸ ਮਗਰ 5% ਘੱਟ ਨੇ,
95% लोग लो स्टमक एसिड करके तजाब की शिकायत दे होने बीमार ने। हम तुम कहता 95% लोग जेडे ने घट तेजाब बनन करके जेड़े वो तेजाब की मार हेठ आ रहे हैं, तेजाब करके तंग ने। थोड़ा जा ये भी दस दो भी तुहाडे पटारे दे विच ओह की हल हैगा ताकि वह पटा जिहड़ा 95% जिहड़े लोग ने तेजाब तो तंग ने, भावें वह घट बन रहा पता नहीं तुहाडी भाषा च की हैगा, मतलब कहण तो भाव आ कि वह बंदे नूं तेजाब ते जिहड़ी मुसीबत तो जिहड़ी वह राहत मिल जाए। सर पंजाबी की कहावत है लोहे नूं लोहा कटदा है, साडे मिस्त्रियां च तां इह पक्की गल है। इंग्लिश कहते डायमंड कट्स डायमंड, तेजाब नूं तेजाब मारदा है। तुसीं हैरान हो जाओगे, सिर्फ 2 चम्मच सेब का सिरका जिन्हों एप्पल साइडर विनेगर, पौने गिलास पानी च, 3/4 गिलास पानी च, कच्च के गिलास च घोल के पी लो, 5 मिनट च इनो तो ज्यादा काम करूगा। अच्छा, मतलब फिर ये भी तो ओरिजिनल चाहिए होगा। ओरिजिनल मिल जाता है, हाँ जी क्यों नहीं मिलता, 3-4 कंपनियां ने इंडिया च, एक ने मैनू स्पैशल अपना फ्री सैंपल भेजा होया चेक करन लई, मैनू भी पता है। एक होंदा रिफाइंड, वो तो जमे ही लेना जिदे पिछे सारा समान दिखदा ना, नीचे बैठिया भी होंदा जिन्हों कहने विद मदर है ना, वो मदर होंदी जिदे नालों बने है जी, जी, जी। पल्प भी विच होंदी है जी। बड़ी सोहनिया कंपनियां ने जी, मैं कंपनियां नूं किसी नूं एंडोर्स नहीं करदा, मैं नहीं कहिंदा आ कंपनी लो वो कंपनी लो, मगर वो रिफाइंड नहीं लेना, जिहड़ा बिल्कुल साफ सिरका होंदा ना नहीं लेना, ते उहदे उपर लिखिया होवे ऑर्गेनिक अनरिफाइंड अनपैस्चराइज्ड। पैस्चराइज का मतलब होंगे उन्होंने गर्म करके ना ठंडा करता जी, जी। वो सारा लाइव बैक्टीरिया मारता, जिथे कोई चीज गर्म हुई बैक्टीरिया मर जाता है, चाहिए ढिड बहुत सिंपल इलाज है। तजाब बनिया थोनू पता लगेगा कि मैं सच बोलना कि झूठ बोलना, 2 चम्मच बड़े कच के गिलास च पौना गिलास पानी एप्पल साइडर विनेगर। नहीं मतलब 2 चम्मच बड़े केड़े, मतलब ਜਿਹਦੇ ਨਾਲ ਆਪਾਂ ਦਾਲ ਦੂਲ ਨਹੀਂ ਖਾਂਦੇ, ਇੱਕ ਤਾਂ ਛੋਟਾ ਹੁੰਦਾ ਚਾਹ ਵਾਲਾ ਚਮਚ, ਇੱਕ ਵੱਡਾ ਚਮਚ ਹੁੰਦਾ, ਹਾਂ ਹਾਂ ਹਾਂ, ਉਹ ਇੱਕ ਤਾਂ ਹੁੰਦਾ ਡੋਂਗਾ ਸਪੂਨ, ਉਹ ਉਹ ਬਹੁਤ ਜ਼ਿਆਦਾ ਹੋ ਜਾਂਦਾ। ਮਤਲਬ ਕਿੰਨੇ ਐਮਐਲ ਆਪਾਂ ਇਹ ਗੱਲ ਕਰ ਲਈਏ, 16 ਐਮਐਲ, 16 ਐਮਐਲ ਮਤਲਬ 3 ਚਮਚੇ ਆਪਾਂ ਕਰ ਲਈਏ ਜੇ ਆਪਾਂ ਟੀਸਪੂਨ ਫੁੱਲ ਦੀ ਗੱਲ ਕਰਦੇ ਹਾਂ, ਤਾਂ 16 ਘੱਟੋ ਘੱਟ ਹੈ, ਜੇ ਜ਼ਿਆਦਾ ਐਸਿਡਿਟੀ ਹੈ ਉਹ ਮੈਂ 20-22 ਵੀ ਕਰਕੇ ਦੇਖਿਆ ਹੋਇਆ। ਮੈਂ ਇਹ ਲੋਕਾਂ ਜਾਣਦੇ ਐਪਲ ਸਾਈਡਰ ਨੇਰਾ ਪੀ ਜਾਂਦੇ ਆ ਮੈਂ ਕਦੇ ਰਿਕਮੈਂਡ ਨਹੀਂ ਕਰਦਾ ਅੱਛਾ ਇੱਕ ਚੀਜ਼ ਹੋਰ ਦੱਸੋ ਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਜਿਹੜੇ ਸਿਰਕੇ ਨੇ ਉਹਨਾਂ ਨੂੰ ਲੈਣ ਤੋਂ ਮਨਾ ਵੀ ਕੀਤਾ ਜਾਂਦਾ ਵੀ ਸਿਰਕਾ ਜਿਹੜਾ ਉ
membrane ਕਹਿੰਦੇ ਆ ਜਿਹੜੀ ਉਹ ਜੈਲ ਦੀ ਲੇਅਰ ਹੈ ਨਹੀਂ ਜੇ ਤੁਹਾਡੇ ਐਸਿਡ ਬਣ ਗਿਆ ਇਹ ਪਾਈਪ ਚ ਨਾ ਜ਼ਖਮ ਹੋ ਜਾਂਦਾ ਹੈ ਫੂਡ ਪਾਈਪ ਚ ਹਾਂ ਫਿਰ ਤੁਹਾਡੇ ਐਪਲ ਸਾਈਡਰ ਨਿੰਬੂ ਲੱਗਣ ਲੱਗ ਜਾਂਦਾ ਹੈ ਉਸ ਕੇਸ ਚ ਕੋਈ ਵੀ ਸਿਰਕਾ ਨਹੀਂ ਲੈਣਾ ਉਸ ਕੇਸ ਚ ਪਹਿਲਾਂ ਉਹਨੂੰ ਫਿਕਸ ਕਰਨਾ ਫਿਰ ਕਿਆ ਫਿਕਸ ਕਰਨਾ ਉਹ ਫਿਕਸ ਕਿਵੇਂ ਕਰਨਾ ਮੋਰਿੰਗਾ ਵੀਟ ਗ੍ਰਾਸ ਜੂਸ ਪਾਊਡਰ ਇੱਕ ਹੁੰਦਾ ਵੀਟ ਗ੍ਰਾਸ ਪਾਊਡਰ ਹੁੰਦਾ ਵੀਟ ਗ੍ਰਾਸ ਜੂਸ ਪਾਊਡਰ ਉਹ ਬਹੁਤ ਜ਼ਿਆਦਾ ਪੋਟੈਂਸੀ ਹੁੰਦੀ ਹੈ ਤੀਜੇ ਨੰਬਰ ਤੇ ਕੈਬੇਜ ਜੂਸ ਜਿਹਨੂੰ ਸਭ ਤੋਂ ਜ਼ਿਆਦਾ ਲੋਕੀ ਡਰਦੇ ਨੇ ਮੱਥਾ ਪੇਟ ਕਰਦਾ ਕਹਿੰਦੇ ਇਹਦੇ ਕੀੜਾ ਹੁੰਦਾ ਸਰ ਮੈਨੂੰ ਅੱਜ ਤੱਕ ਕੋਈ ਜ਼ਿੰਦਗੀ 'ਚ ਨਹੀਂ ਬੰਦਾ ਮਿਲਿਆ ਜਿਹਦੇ ਕੈਬੇਜ ਖਾਣ ਨਾਲ ਦਿਮਾਗ 'ਚ ਕੀੜਾ ਆ ਗਿਆ ਹੋਏ ਨਹੀਂ ਬਟ ਮੈਨੂੰ ਮਿਲਿਆ ਮੈਨੂੰ ਬੰਦੇ ਮਿਲਿਆ ਹੈਗਾ ਉਹਨੇ ਮੈਨੂੰ ਦੱਸਿਆ ਵੀ ਹੈਗਾ ਵੀ ਮੇਰੇ ਕੈਬੇਜ ਖਾਣ ਦੇ ਨਾਲ ਮੇਰੇ ਦਿਮਾਗ ਦੇ ਵਿੱਚ ਆਇਆ ਸੀ ਇਹਦਾ ਤਰੀਕਾ ਦੱਸ ਦਿੰਦੇ ਇਹ ਤੋਂ ਬਚਣ ਦਾ ਤਰੀਕਾ ਕੀ ਹੈ ਕੈਬੇਜ ਦੇ ਪੱਤੇ ਲੈਣੇ ਆ ਇਕੱਲੇ ਇਕੱਲੇ ਪੱਤੇ ਨੂੰ ਧੋ ਕੇ ਇੱਕ ਕੰਚ ਦੇ ਬੋਲ 'ਚ ਪਾ ਦੇਣਾ ਚਾਹੇ ਛੋਟੇ ਛੋਟੇ ਕੱਟ ਕੇ ਪਾ ਦਿਓ ਵਿੱਚ ਬਹੁਤ ਵਧੀਆ ਸਾਫ਼ ਪਾਣੀ ਤੇ ਐਪਲ ਸਾਈਡਰ ਪਾ ਕੇ 3 ਘੰਟੇ ਛੱਡ ਦਿਓ ਜਿਹੜੀ ਇਹੋ ਜਿਹੀ ਚੀਜ਼ ਹੋਊਗੀ ਮਰ ਜੂਗੀ ਹੁਣ ਤੇਜ਼ਾਬ ਮਾਰ ਦਿੰਦਾ ਉਹਨੂੰ ਫਿਰ ਇਹਨੂੰ ਚੰਗੀ ਤਰ੍ਹਾਂ ਧੋ ਕੇ ਐਪਲ ਸਾਈਡਰ ਬਿਲਕੁਲ ਸਾਫ਼ ਕਰ ਦੇਣਾ ਇਹਨੂੰ ਬਲੈਂਡਰ 'ਚ ਪਾਉਣਾ ਇਹਨੂੰ 3 ਮਿੰਟ ਪੀਸਣਾ ਜੇ ਕੋਈ ਚੀਜ਼ ਰਹਿ ਵੀ ਗਈ ਉਹ ਵੀ ਗਈ ਇਸ ਤੋਂ ਬਾਅਦ ਇਹਨੂੰ ਜਿਵੇਂ ਆਪਾਂ ਛਾਨਣੀ ਵਾਲਾ ਕੱਪੜਾ ਨਹੀਂ ਹੁੰਦਾ ਜਿਵੇਂ ਆਪਾਂ ਜਿਹਦੇ ਨਾਲ ਪਨੀਰ ਕਰਦੇ ਹਾਂ ਉਹਦੇ 'ਚ ਸਾਰਾ ਪਾਣੀ ਕੱਢ ਲੈਣਾ ਇਕੱਲਾ ਪਾਣੀ ਕੋਈ ਵੀ ਸੋਲਿਡ ਚੀਜ਼ ਕਰਦੇ
तीन टाइम पीना जी, इन्हें कहने कैबेज जूस, बाहर इन्ना ज्यादा मशहूर है यह सर अल्सर टिड का पाइप का अल्सर निरी क्लोरोफिल है जी। देखो ये की है, ये विटामिन ए डी ई के टू चार फैट सोलबल वाइटमिन ने जादू करता है जी। जे बाड़ी गल है कीड़िया तो डर लगता है अपनी पत्ता गोभी ला लो। सर एक गल दस दें, जिन्ना स्प्रे अज के टाइम च होंगे पत्ता गोभी च कीड़ा नहीं बचता। मैं डेली कच्ची पत्ता गोभी खाना डेली। अच्छा एक चीज दसो, तुसी क्लोरोफिल दी गल कीती, इहदे च क्लोरोफिल बहुत ज्यादा हुंदा, ते क्लोरोफिल जिहड़ा हुंदा ओ मतलब एंटी कैंसर भी हुंदा हैगा, ओ कैंसर नूं कैंसर नूं भी क्योर करदा हैगा, ते की इहदे च जिहड़ा कैबेज जूस है एंटी कैंसर भी होएगा, कैंसर नूं भी फायदा पहुंचाएगा? ठीक है जी, ऑटोमेटिक देखो कई लोगों ने एक्सपेरिमेंट करया जिहड़े कि थोड़े खुले विचारां दे लोग ने, स्टोरीआं पढ़नियां जिन्हां नूं कैंसर होया उहनां ने कीमो कराई, ओह जूस फास्टिंग ते चले गए, सिर्फ केड़ा जूस, सब्जियां का जूस, एक बड़ा सोहना जूस होंदा है स्लो ग्राइंड, वो गर्म नहीं करता, फिर मैश जूस नूं तत मार दिंदी है, वो बहुत आरपीएम ते सिर्फ सब्जियां का जूस कढ दिंदा है। तीन तीन हफ्ते च कैंसर उड़ाया होया जी लोगों ने, मगर मैं नहीं कहता उन्हां दी विन है, उन्हां दी सक्सेस स्टोरियां ने, ये उन्हूं मिलेंगे कित्थे ऑनलाइन। सर एक डॉक्टर साहब सीगे जी, डॉक्टर इंद्रपाल सिंह सेखो, जिंदगी जिंदगी दिंदी है, मौत मौत दिंदी, जदों कर करके तुसी उहदे च मौत लियाती उह तुहानूं मौत हुण जिंदगी की है कच्चा खाना, ऑक्सीजन पई है मरी नहीं, क्योंकि चाह छड के बहुत तंदुरुस्त हो जाने हैं, चाह डेड उन्हें उबाल उबाल के अपन सारी मार दें। कई लोग सवेरे नींबू पी के सिर्फ ठंडे पानी च सिंपल पानी च नींबू पाने, वो कहने साडा वेट घट गया, जिंदगी है विटामिन सी है। ता मैं हमेशा कहना मेरे दो सिद्धांत ने, आपा कुछ खा के नहीं ठीक होना, आपा ना खा के ठीक होना, क्यों लिवर नूं सार पैंदा है, आपा जिंदगी जीनी है मौत नहीं खानी। चलो ये तुसी, हाँ ये तुसी मैनू दसता कि ये मतलब एप्पल साइडर विनेगर यानी कि जिहड़ा सेब का सिरका तुसी लाओगे तो जिन्हां दे तेजाब घट बन रहा है, तेजाब की प्रॉब्लम नाल जूझ रहे ने 95% जिहड़े लोग ने वो सेब के सिरके दे नाल हो ठीक हो सकते हैं, कैबेज जूस जिहड़ा हैगा वो लैके उन्हां नूं जिहड़ी ना सिर्फ उन्हां दा तेजाब जी प्रॉब्लम हल हो जाएगी, बल्कि जिहड़े कैंसर के रोगी ने या फिर कुछ जिन्हां दे अंदर अंदर इम्यून सिस्टम जिहड़ा ऑटोइम्यून डिसऑर्डर नूं भी करेगा ठीक है जी। जी जी, ऑटोइम्यून क्या है, बॉडी अपने आप नूं अटैक करन लग गई। बिल्कुल मैं वही कह रहा हां, स्ट्रेस इतना बढ़ गया कि बॉडी ने अपने आप नूं अटैक करना शुरू करता, वो जोड़ां नूं खा जांदी है, अंग नूं खा जांदी है। बिल्कुल हां जी, मतलब ए ए जड़ा ए जूस और एप्पल साइडर विनेगर जड़े ने वो एने कर करने ते की कोई कुछ होर भी है तोड़े पटारे दे विच कड्डो जड़ा डब्बे दे विच? हां जड़ा जूस है ओदा वो हैगा थोड़े अगर अल्सर बने हुए ने ते तेजाब थनु तंग करदा है के एप्पल साइडर पीता लग गया, जे वो लगदा है ता मैं जूस पीना शुरू कर दूंगा, वरना ता एप्पल साइडर बल्ले बल्ले। अच्छा हुण होर पटारे सुनो की है, जड़ा तुसी पूछ लिया जड़ा नीचे वाला वाल्व है ਜਿਹੜਾ ਬਾਇਲ ਨੂੰ ਢਿੱਡ ਚ ਬਣਨ ਤੋਂ ਰੋਕਦਾ ਹੈ ਜੀ, ਉਹਨਾਂ ਦੇ ਪੀਲਾ ਪਾਣੀ ਨਿਕਲਦਾ ਹੈ ਜੀ ਜੀ ਜੀ, ਉਹ ਜਦ ਆਪਣਾ ਢਿੱਡ ਜ਼ਿਆਦਾ ਮੋਟਾ ਹੋ ਜਾਂਦਾ ਹੈ ਜਿਹਨੂੰ ਵਰਸ ਪੈਡ ਕਹਿੰਦੇ ਆ, ਤੌਲੇ ਵਰਗਾ ਢਿੱਡ ਜਿਹਨੂੰ ਕਹਿੰਦੇ, ਉਹ ਬੈਕ ਪ੍ਰੈਸ਼ਰ ਪਾਉਣ ਲੱਗ ਜਾਂਦਾ ਹੈ, ਬੈਕ ਪ੍ਰੈਸ਼ਰ ਨਾਲ ਜਿਵੇਂ ਕਿਤੇ ਧੱਕਾ ਮਾਰਿਆ ਵਾਲ ਤੇ ਉਹ ਖੁੱਲ ਜਾਂਦਾ ਹੈ। ਤਾਂ ਹੀ ਮੈਂ ਲੋਕਾਂ ਨੂੰ ਕਹਿੰਦਾ ਜਿਹਨਾਂ ਢਿੱਡ ਗੋਲ ਬਾਹਰ ਨੂੰ ਹੈ ਨਾ ਗੋਲ, ਜਿਹਨੂੰ ਅਸੀਂ ਤੌਲੇ ਵਾਲਾ ਢਿੱਡ ਤੁਸੀਂ ਕਿਹਾ, ਪੋਟ ਬੈਲੀ, ਬੀਅਰ ਬੈਲੀ, ਬਹੁਤ ਵਰਡ ਨੇ ਉਹਦੇ, ਬੀਨ ਢਿੱਡ ਵੀ ਕਹਿੰਦੇ ਹੈ ਜੀ, ਉਹਨੂੰ ਬੀਨ ਢਿੱਡ ਵੀ ਕਹਿੰਦੇ ਨੇ, ਬੀਨ ਢਿੱਡ, ਬੀਨ ਵਰਗਾ ਹੁੰਦਾ ਉੱਪਰੋਂ ਪਤਲਾ ਹੇਠਾਂ ਪਤਲਾ ਸੈਂਟਰ ਢਿੱਡ ਮੋਟਾ, ਉਹਨਾਂ ਨੂੰ ਉਹ ਬੈਕ ਪ੍ਰੈਸ਼ਰ ਹੋਣ ਲੱਗ ਜਾਂਦਾ ਤੇ ਉਹ ਜ਼ਿਆਦਾਤਰ ਕਿਹਦੇ ਬਣਦਾ ਜਿਹਦਾ ਲਿਵਰ ਫੈਟੀ ਹੈ, ਕਿਉਂਕਿ ਉਹਨਾਂ ਢਿੱਡ ਐਵੇਂ ਗੋਲ ਹੁੰਦਾ ਤੇ ਲਿਵਰ ਫੈਟੀ ਹੁੰਦੇ ਸਾਰ ਸਾਰੀ ਡਾਈਜੈਸ਼ਨ ਦਾ ਪੰਜਾਬੀ 'ਚ ਕਹੀਏ ਪੱਠਾ ਬਹਿ ਜਾਂਦਾ, ਕਿਉਂਕਿ ਲਿਵਰ ਨੇ ਸਾਰੀ ਹਾਜ਼ਮਾ ਪਾਚਨ ਸ਼ਕਤੀ ਲਿਵਰ ਦੇ ਵਿੱਚ ਹੈ ਜੀ, ਤੇ ਜਿਹੜੇ ਬੰਦੇ ਦਾ ਮੈਦਾ ਮਜ਼ਬੂਤ ਮੈਂ ਹਰ ਵਾਰੀ ਕਹਿੰਦਾ ਉਹ ਪੱਥਰ ਵੀ ਬਚਾ ਸਕਦਾ ਤੇ ਜਿਹਦਾ ਮੈਦਾ ਕਮਜ਼ੋਰ ਉਹ ਤਾਂ ਹਰੀ ਸਬਜ਼ੀਆਂ ਨਹੀਂ ਬਚਾ ਸਕਦਾ।
ਉਹਦੇ ਉਹ ਵੀ ਬਾਹਰ ਨਿਕਲ ਜਾਂਦੀ ਹੈ ਜਿਹਨੂੰ ਲੀਕੀ ਗੱਟ ਕਹਿੰਦੇ ਆ ਜਿਹਨੂੰ ਆਈਬੀਐਸ ਇਹ ਸਾਰੀਆਂ ਦਿੱਕਤਾਂ ਪਹਿਲੇ ਨੰਬਰ ਤੇ ਤੇਜ਼ਾਬ ਨਾਲ ਬਣਦੀਆਂ ਕਿ ਤੇਜ਼ਾਬ ਘੱਟ ਹੋਣ ਨਾਲ ਦੂਜੇ ਨੰਬਰ ਤੇ ਲੀਵਰ ਫੈਟੀ ਹੋਣ ਕਰਕੇ ਅੱਛਾ ਇੱਕ ਚੀਜ਼ ਦੱਸੋ ਤੁਸੀਂ ਲੀਕੀ ਗੱਟ ਦੀ ਗੱਲ ਛੇੜੀ ਹੈ ਤਾਂ ਲੀਕੀ ਗੱਟ ਦੇ ਵਿੱਚ ਅਕਸਰ ਇਹ ਕਿਹਾ ਜਾਂਦਾ ਹੈ ਕਿ ਚਲਾਈ ਦਾ ਸਾਗ ਤੇ ਜਿਹੜਾ ਆਹ ਦੂਸਰਾ ਹੁੰਦਾ ਮੇਥੀ ਪਾਲਕ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਜੇਕਰ ਆਪਾਂ ਇਹ ਲੈਂਦੇ ਹਾਂ ਤਾਂ ਆਪਣੀ ਲੀਕੀ ਗੱਟ ਜਿਹੜੀ ਠੀਕ ਹੁੰਦੀ ਕੀ ਤੇਜ਼ਾਬ ਦੇ ਮਾਮਲੇ ਦੇ ਵਿੱਚ ਵੀ ਇਹ ਕੁਛ ਕੰਮ ਕਰੇਗਾ ਕਿਉਂਕਿ ਜਿਹੜਾ ਪਾਲਕ ਹੈ ਇਹਦੇ 'ਚ ਤਾਂ ਆਇਰਨ ਬਹੁਤ ਜ਼ਿਆਦਾ ਹੁੰਦਾ ਅਤੇ ਇਹ ਮੈਨੂੰ ਲੱਗਦਾ ਤੇਜ਼ਾਬ ਦੇ ਲਈ ਐਂਟੀ ਤੇਜ਼ਾਬ ਹੋਊਗਾ ਕਿਉਂਕਿ ਇਹ ਤੇਜ਼ਾਬ ਦੇ ਉਲਟਾ ਤੇਜ਼ਾਬ ਬਣਾਊਗਾ ਪਰ ਕੀ ਬਾਕੀ ਦੇ ਜਿਹੜੇ ਬਾਥੂ ਹੋ ਗਿਆ ਮੇਥੀ ਹੋ ਗਈ ਹੈ ਨਾ ਇਹ ਚੀਜ਼ਾਂ ਜਿਹੜੀਆਂ ਨੇ ਕਿ ਇਹ ਚਲਾਈ ਦਾ ਸਾਗ ਕੀ ਇਹ ਫਾਇਦਾ ਕਰਨਗੀਆਂ ਇਸ ਮਾਮਲੇ ਦੇ ਵਿੱਚ ਸਰ ਫਾਇਦਾ ਕਰਨਗੀਆਂ ਮਗਰ ਇੰਨੀ ਕੁੱਕ ਕਰਨ ਤੋਂ ਬਾਅਦ ਨਹੀਂ ਜੇ ਨਹੀਂ ਕੱਚੇ ਦਾ ਜੂਸ ਜੇਕਰ ਕੱਢ ਕੇ ਲੈਂਦੇ ਅੰਮ੍ਰਿਤ ਹੈ ਜੀ ਉਹ ਤੇਜ਼ਾਬ ਚ ਨਹੀਂ ਉਹ ਹੀਲਿੰਗ ਫਾਇਦਾ ਕਰੂਗੀ ਉਹ ਹੀਲਿੰਗ ਕਰੂਗੀ ਜਿਵੇਂ ਅਲਸਰ ਦੇ ਵਿੱਚ ਢਿੱਡ ਦੇ ਵਿੱਚ ਬੈਕਟੀਰੀਆ ਦੇ ਵਿੱਚ ਜਿਹੜਾ ਪਾਲਕ ਹੈ ਨਾ ਇਹ 50-50 ਹੈ ਪਾਲਕ ਦੇ ਵਿੱਚ ਦੋ ਚੀਜ਼ਾਂ ਨੇ ਇੱਕ ਤਾਂ ਚੀਜ਼ਾਂ ਆਕਸਲੇਟ ਆਕਸਲੇਟ ਉਹ ਚੀਜ਼ ਜਿਹਦੇ ਕਰਕੇ ਪੱਥਰੀ ਬਣਦੀ ਹੈ ਗੁਰਦੇ ਚ ਬਿਲਕੁਲ ਮੈਂ ਅਗਰ ਮੈਂ ਪਾਲਕ ਖਾਊਂਗਾ ਮੈਂ ਅਗਰ ਲੈਟਸ ਸੇ 100 ਗ੍ਰਾਮ ਸਲਾਦ ਖਾਊਂਗਾ ਮੈਂ ਤਾਂ ਸਿਰਫ 5 ਗ੍ਰਾਮ ਪਾਲਕ ਪਾਊਂਗਾ ਤੇ ਉਹ ਥੋੜਾ ਜਿਹਾ ਗਰਮ ਕਰਕੇ ਕੁੱਕ ਕਰਕੇ ਨੀ ਸਟੀਮ ਕਰਕੇ ਕਰਦੇ ਮਾੜੀ ਜੀ ਸਟੀਮ ਕਰਕੇ ਅਗਰ ਉਹਨੂੰ ਜ਼ਿਆਦਾ ਕੁੱਕ ਕਰਤਾ ਜਿਹੜਾ ਉਹਦੇ ਤਾਤਾ ਉਹ ਮਰ ਜਾਣਾ ਜਿਹਨੂੰ ਕੱਚਾ ਖਾਇਆ ਜੇ ਕੱਚਾ ਖਾਇਆ ਉਹ ਤੰਗ ਕਰੇਗਾ ਉਹ ਸਰੀਰ ਨੂੰ ਉਹ ਨਾ ਥੋੜਾ ਜਿਹਾ ਪਾਲਕ ਜ਼ਿਆਦਾ ਜਿਵੇਂ ਆਪਾਂ ਕੀ ਕਹੀਏ ਜਿਵੇਂ ਕੋਈ ਚੀਜ਼ ਨੂੰ ਆਪਾਂ ਜ਼ਿਆਦਾ ਪ੍ਰਮੋਟ ਨਹੀਂ ਕਰਦੇ ਕਿ ਬਹੁਤ ਵਧੀਆ ਉਹ ਹੈ ਨਹੀਂ ਜਿਵੇਂ ਸੋਇਆ ਨਹੀਂ ਸੋਇਆ ਦੇ ਉੱਪਰ ਇੰਨਾ ਪ੍ਰਮੋਸ਼ਨ ਹੋਇਆ ਸੀ ਜੀ ਇੰਨਾ ਪ੍ਰਮੋਸ਼ਨ ਹੋਇਆ ਸੀ ਨਹੀਂ ਪਰ ਸੋਇਆ ਤਾਂ ਜੀਓਮ ਹੈ ਨਾ ਜੀਐਮ ਹੋਇਆ ਤਾਂ ਸੋਇਆ ਤਾਂ ਨੁਕਸਾਨ ਕਰੇਗੀ ਕੈਂਸਰਸ ਹੈ ਸੋਇਆ ਤਾਂ ਇੰਨੀ ਖਤਰਨਾਕ ਚੀਜ਼ ਹੈ ਕਿ ਜਿੰਨਾ ਦੂਰ ਰਹੋਗੇ ਉਨਾ ਵਧੀਆ ਫੀਮੇਲਸ ਨੂੰ ਉਹ ਐਸਟ੍ਰੋਜਨ ਵਧਾ ਦਿੰਦਾ ਮੇਲਸ ਚੋਂ ਟੈਸਟੋਸਟੇਰੋਨ ਮਾਰ ਦਿੰਦਾ ਇਹ ਮੇਰੀ ਰਿਸਰਚ ਹੈ ਮੈਂ ਆਪ ਜੋ ਦੇਖਿਆ ਹੋਇਆ ਇਹਦੇ ਉੱਪਰ ਲਿਖਿਆ ਪੜਿਆ ਕੀ ਹੈ ਅਸੀਂ ਨਹੀਂ ਮੈਟਰ ਕਰਦੇ ਮਗਰ ਲੋਕੀ ਅੱਜ ਕੱਲ੍ਹ ਸੋਇਆ ਤੋਂ ਦੂਰ ਰਹਿ ਕੇ ਖੁਸ਼ ਨੇ ਹਾਂਜੀ ਤਾਂ ਦੇਖੋ ਐਡਵਾਈਸ ਇਹ ਹੈ ਕਨੋਲਾ ਸੋਇਆ ਆਇਲ ਰਿਫਾਇੰਡ ਆਇਲ ਇਹਨਾਂ ਤੋਂ ਦੂਰ ਰਹਿ ਜੇ ਤੁਸੀਂ ਵਰਤਣਾ ਹੀ ਹੈ ਸਸਤਾ ਤੇਲ ਹੈ ਮਾੜਾ ਨਹੀਂ ਹੈ ਔਰਗੈਨਿਕ ਕੱਚੀ ਘੀ ਨਹੀਂ ਜਿਹਨੂੰ ਆ ਕਹਿੰਦੇ ਆਪਾਂ ਸਰੋਂ ਦਾ ਤੇਲ ਬਹੁਤ ਵਧੀਆ ਚੀਜ਼ ਹੈ ਖੋਪੇ ਦਾ ਤੇਲ ਔਰਗੈਨਿਕ ਖੋਪੇ ਦਾ ਤੇਲ ਅੰਮ੍ਰਿਤ ਹੈ ਦੇਸੀ ਦਾ ਬਣਿਆ ਹੋਇਆ ਦੇਸੀ ਘੀ ਅੰਮ੍ਰਿਤ ਹੈ ਜੇ ਤੁਸੀਂ ਥੋੜੇ ਪੈਸੇ ਜ਼ਿਆਦਾ ਲਾਉਣਾ ਚਾਹੁੰਦੇ ਹੋ ਓਲਿਵ ਆਇਲ ਔਰਗੈਨਿਕ ਮੈਂ ਦੋਨੋਂ ਚੀਜ਼ਾਂ ਵਰਤਦਾ ਜੀ ਮੈਂ ਸਰੋਂ ਦਾ ਤੇਲ ਔਰਗੈਨਿਕ ਵਰਤਦਾ ਜਾਂ ਮੈਂ ਓਲਿਵ ਆਇਲ ਕਿਉਂਕਿ ਇਹ ਤੇਲ ਇਹੋ ਜਿਹੇ ਨੇ ਇਹ ਗਰਮ ਕਰਕੇ ਤਸੀਂ ਚੇਂਜ ਨਹੀਂ ਹੁੰਦੀ ਜਿਹੜੇ ਬਾਕੀ ਤੇਲ ਨੇ ਪਹਿਲੇ ਓਮੇਗਾ 6 ਨੇ ਜਿੱਥੇ ਗਰਮ ਹੋਏ ਕਾਰਸੋਜਨਿਕ ਕੈਂਸਰਸ ਬਣਾਉਣ ਦੇ ਜ਼ਿੰਮੇਵਾਰ ਬਣ ਜਾਂਦੇ ਤਾਂ ਸੋ ਤੁਸੀਂ ਇੱਕ ਅਜਿਹੀ ਜਾਣਕਾਰੀ ਦਿੱਤੀ ਹੈ ਜਿਹੜੇ ਕਿ ਇੱਕ ਮਿਥ ਸੀਗਾ ਵੀ ਤੇਜ਼ਾਬ ਵੱਧ ਬਣਦਾ ਜਿਨ੍ਹਾਂ ਦੇ ਵਿੱਚ ਤੇ ਉਹ ਜਿਹੜੇ ਨੇ ਇਸ ਚੀਜ਼ ਦੇ ਸ਼ਿਕਾਰ ਹੁੰਦੇ ਨੇ ਉਹਨਾਂ ਨੂੰ ਪ੍ਰੋਬਲਮ ਜ਼ਿਆਦਾ ਆਉਂਦੀ ਹੈ ਲੇਕਿਨ ਅੱਜ ਤੁਸੀਂ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਤੇਜ਼ਾਬ ਘੱਟ ਬਣਨ ਵਾਲੇ 95% ਲੋਕ ਜਿਹੜੇ ਨੇ ਉਹ ਤੰਗ ਨੇ ਤੇਜ਼ਾਬ ਦੀ ਸਮੱਸਿਆ ਤੋਂ ਤੇ ਉਹਦਾ ਤੁਸੀਂ ਹੱਲ ਵੀ ਦੱਸਿਆ ਵੀ ਕਿਸ ਕਿਸ ਤਰੀਕੇ ਦੇ ਨਾਲ ਆਪਾਂ ਵੱਧ ਤੇਜ਼ਾਬ ਬਣ ਜਾਏ ਤੇ ਉਹਦੇ ਲਈ ਆਪਾਂ ਨੂੰ ਕੀ ਕਰਨਾ ਘਰ ਬੈਠੇ ਤੇ ਜੇ ਘੱਟ ਹੋਵੇ ਤਾਂ ਕੀ ਕਰਨਾ ਹੈਗਾ ਤੇ ਮੈਨੂੰ ਲੱਗਦਾ ਕਿ ਤੁਹਾਡੀਆਂ ਗੱਲਾਂ ਸੁਣਨ ਤੋਂ ਬਾਅਦ ਲੋਕੀ ਤੁਹਾਡੇ ਤੋਂ ਬਹੁਤ ਜ਼ਿਆਦਾ ਮੁਤਾਸਿਰ ਹੋਏ ਹੋਣੇ ਤੇ ਤੁਹਾਨੂੰ ਕੰਟੈਕਟ ਕਰਨ ਦੀ ਵੀ ਕੋਸ਼ਿਸ਼ ਕਰਨਗੇ ਸੋ ਤੁਸੀਂ ਆਪਣਾ ਨੰਬਰ ਵੀ ਬੋਲ ਦਿਓ ਜਰਾ ਹਾਂਜੀ ਸਰ ਮੈਂ ਵਟਸਐਪ ਕਰੀਓ ਮੈਨੂੰ ਮੈਂ ਇੰਡੀਆ 'ਚ ਨਹੀਂ ਹਾਂ ਮੈਂ ਸਾਊਥ ਅਫਰੀਕਾ ਮੈਂ ਹਰ ਇੱਕ ਜਵਾਬ ਦਿੰਦਾ ਮੈਸੇਜ ਦਾ ਮੇਰਾ ਨੰਬਰ ਹੈ 9888475000 ਮੇਰਾ ਪਰਸਨਲ ਨੰਬਰ ਹੈ 9884875000 ਮਗਰ ਮੇਰੀ ਗੁਜ਼ਾਰਿਸ਼ ਹੈ ਤੁਹਾਡੇ ਸਾਰੇ ਵਿਊਜ਼ ਨੂੰ ਮੈਨੂੰ ਵਟਸਐਪ ਕਰਨ ਜੇ ਕਾਲ ਵੀ ਕਰਨੀ ਹੈ ਇਹ ਬਾਹਰ ਬੈਠੇ ਮੈਂ ਕਾਲ ਨਾ ਮੈਨੂੰ ਅੱਛਾ ਨਹੀਂ ਲੱਗਦਾ ਡਰੋਪ ਕਰਨੀ ਮਗਰ ਚੱਕਣੀ ਬਹੁਤ ਮਹਿੰਗੀ ਪੈਂਦੀ ਹੈ ਅੱਛਾ ਇੱਕ ਤੁਹਾਡੇ ਹੋਰ ਦਰਖਾਸਤ ਹੈ ਇੱਕ ਦੂਜੇ ਦੀ ਮਦਦ ਕਰਨੀ ਹੈ ਜਿਹਨੂੰ ਜਿਹਨੂੰ ਪਾਉਂਦਾ ਉਹ ਮੇਰੇ ਜਿਹੜੀ ਦੱਸੀ ਹੋਈ ਹਿਦਾਇਤ ਹੈ 2 ਚਮਚ ਸਿਰਕਾ ਭਰ ਕੇ 16 ਕੈਮ ਸਿੰਪਲ ਪਾਣੀ ਗਰਮ ਚ ਨਹੀਂ ਗਰਮ ਚ ਕਦੇ ਨਹੀਂ ਪੀਣਾ ਸਿੰਪਲ ਪਾਣੀ ਚ ਪੀ ਕੇ ਤੁਹਾਡੇ ਉਸ ਤੇ ਕਮੈਂਟ ਜ਼ਰੂਰ ਕਰਨ ਲੋਕਾਂ ਨੂੰ ਇੱਕ ਕੰਫੀਡੈਂਸ ਮਿਲਦਾ ਮੈਂ ਤਾਂ ਗੱਲ ਬੋਲਤੀ ਤੁਸੀਂ ਗੱਲ ਸੁਣ ਲਈ ਜਿਹਦਾ ਅਗਲਾ ਹਾਂਜੀ ਮੈਨੂੰ ਰਿਲੀਫ ਮਿਲਿਆ ਦੂਜਾ ਕਹਿੰਦਾ ਲੈ ਵੀ ਮੈਂ ਵੀ ਟਰਾਈ ਕਰਕੇ ਦੇਖਾਂ ਕਿਉਂਕਿ ਗੱਲ ਬੰਦਾ ਬੰਦਾ ਹੋਰ ਤਰੀਕੇ ਨਾਲ ਵਰਡ ਆਫ ਮਾਊਥ ਫਿਰ ਉਹ ਕਮੈਂਟ ਕਰਨ
ਮੇਰਾ ਕੁਛ ਨਹੀਂ ਜਾਣਾ ਜੀ, ਤੁਹਾਡਾ ਕੁਛ ਨਹੀਂ ਜਾਣਾ, ਨਾ ਮੈਨੂੰ ਕੁਛ ਮਿਲਣਾ, ਉਹ ਭਾਈਚਾਰੇ ਦੀ ਮਦਦ ਹੁੰਦੀ ਹੈ। ਤਾਂ ਕਮੈਂਟ ਕਰਕੇ ਦੱਸਿਓ ਕਿ ਹਾਂ ਵੀ ਮੈਂ ਪੀਤਾ ਸੀ, ਮੈਨੂੰ 3 ਪੰਜਾਬ ਬੰਨੋਂ ਘੱਟ ਗਿਆ। ਉਹਦੇ ਨਾਲ ਉਹ ਮਦਦ ਬਹੁਤ ਦੂਰ ਜਾਂਦੀ ਹੈ, ਆਪਣਾ ਦੋਨਾਂ ਦਾ ਜਿਹੜੀ ਇੰਨੀ ਮਿਹਨਤ ਮਾਰੀ ਐਫਰਟ ਕਰਿਆ ਉਹ ਦੂਰ ਜਾਂਦਾ, ਬਹੁਤ ਚੰਗਾ ਲੱਗੂਗਾ। ਆਪਣਾ ਕੰਮ ਹੀ ਲੋਕਾਂ ਤੱਕ ਚੰਗਾ ਸੁਨੇਹਾ ਪਹੁੰਚਾਉਣਾ। ਬਿਲਕੁਲ ਬਿਲਕੁਲ, ਤੇ ਮੈਂ ਨਾਲ ਇਹਦੇ ਚ ਇਹ ਵੀ ਕਹਾਂਗਾ ਵੀ ਜੇਕਰ ਤੁਸੀਂ ਕਮੈਂਟ ਕਰਦੇ ਹੋ ਤੇ ਦੱਸਦੇ ਵੀ ਹੋਗੇ ਹੋ ਤਾਂ ਫਿਰ ਇਹਦੇ ਨਾਲ ਨਾਲ ਤੁਸੀਂ ਵੀਡੀਓ ਨੂੰ ਲਾਈਕ ਵੀ ਕਰ ਦੇਣਾ ਤੇ ਅੱਗੇ ਸ਼ੇਅਰ ਵੀ ਕਰ ਦੇਣਾ, ਤਾਂ ਕਿ ਤੁਸੀਂ ਤੁਹਾਨੂੰ ਆਪ ਨੂੰ ਤਾਂ ਫਾਇਦਾ ਹੋਇਆ ਹੀ ਹੋਇਆ, ਫਿਰ ਜਿਹੜਾ ਇਹ ਫਾਇਦਾ ਤੁਸੀਂ ਲਿਆ ਤਾਂ ਜਿਹੜੇ ਬਹੁਤ ਸਾਰੇ 95% ਲੋਕ ਜਿਹੜੇ ਨੇ ਇਸ ਚੀਜ਼ ਦੇ ਵਿੱਚ ਫਸੇ ਹੋਏ ਨੇ ਤੇ ਉਹਨਾਂ ਨੂੰ ਵੀ ਇਸ ਚੀਜ਼ ਦਾ ਫਾਇਦਾ ਹੋਵੇ, ਇਹਨੂੰ ਸ਼ੇਅਰ ਵੀ ਕਰ ਦਿਓ। ਤੋ ਤੁਸੀਂ ਰਵਿੰਦਰ ਸਿੰਘ ਜੀ ਕਮਾਲ ਦੀ ਜਾਣਕਾਰੀ ਦਿੱਤੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਇਹ ਸਨ ਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਅੱਜ ਇੱਕ ਨਵੀਂ ਮਿੱਥ ਤੋੜੀ ਹੈ ਕਿ ਤੇਜ਼ਾਬ ਵੱਧ ਬਣਨ ਦੇ ਨਾਲ ਜਿਹੜਾ ਇਨਸਾਨ ਨੂੰ ਨੁਕਸਾਨ ਨਹੀਂ ਹੁੰਦਾ, ਇਨਸਾਨ ਤੰਗ ਨਹੀਂ ਹੁੰਦਾ, ਇਨਸਾਨ ਨੂੰ ਦਰਦ ਨਹੀਂ ਹੁੰਦਾ, ਬਲਕਿ ਇਨਸਾਨ ਨੂੰ ਤੇਜ਼ਾਬ ਘੱਟ ਬਣਨ ਕਰਕੇ ਜ਼ਿਆਦਾ ਪ੍ਰੋਬਲਮਸ ਆ ਰਹੀਆਂ, ਜ਼ਿਆਦਾ ਸਮੱਸਿਆਵਾਂ ਆ ਰਹੀਆਂ ਨੇ। ਅਤੇ ਜੇਕਰ ਤੇਜ਼ਾਬ ਘੱਟ ਬਣ ਰਿਹਾ ਤਾਂ ਉਹਨੂੰ ਚੈੱਕ ਕਰਨ ਦਾ ਵੀ ਕੀ ਤਰੀਕਾ? ਅੱਜ ਇਹ ਵੀ ਤੁਸੀਂ ਕੈਮਰੇ ਦੇ ਉੱਤੇ ਸੁਣ ਲਿਆ, ਬੇਸ਼ੱਕ ਇਸਨੂੰ ਘੁਮਾ ਘੁਮਾ ਕੇ ਵਾਪਸ ਰਿਵਰਸ ਕਰਕੇ ਦੁਬਾਰਾ ਸੁਣ ਸਕਦੇ ਹੋ। ਅਤੇ ਜੇਕਰ ਤੇਜ਼ਾਬ ਵੱਧ ਬਣ ਰਿਹਾ ਤਾਂ ਉਹ ਫਿਰ ਜੇ ਤੁਸੀਂ ਉਹਨੂੰ ਚੈੱਕ ਕਰਨ ਦਾ ਕੀ ਤਰੀਕਾ? ਅਤੇ ਜੇਕਰ ਉਹ ਚੈੱਕ ਕਰ ਲਿਆ ਅਸੀਂ ਦੋਨਾਂ ਤਰੀਕਿਆਂ ਨੂੰ, ਤਾਂ ਦੋਨਾਂ ਤਰੀਕਿਆਂ ਨੂੰ ਅਸੀਂ ਫਿਰ ਤੇਜ਼ਾਬ ਨੂੰ ਸਮੱਸਿਆ ਨੂੰ, ਜੇ ਘੱਟ ਬਣਦਾ ਤਾਂ ਉਹਨੂੰ ਕਿਵੇਂ ਹੱਲ ਕਰਨਾ, ਅਤੇ ਜੇ ਵੱਧ ਬਣਦਾ ਤਾਂ ਉਹਨੂੰ ਅਸੀਂ ਇਸ ਸਮੱਸਿਆ ਨੂੰ ਕਿਵੇਂ ਹੱਲ ਕਰਨਾ, ਅੱਜ ਪੂਰੀ ਤੁਹਾਡੇ ਕੈਮਰੇ ਦੇ ਉੱਤੇ ਜਿਹੜੀ ਹੈ ਆਹ ਸਾਰੀ ਚੀਜ਼ ਜਿਹੜੀ ਇਸ ਵੀਡੀਓ ਦੇ ਵਿੱਚ ਰੱਖ ਦਿੱਤੀ ਗਈ ਹੈ। ਇਹ ਤੁਹਾਡੇ ਲਈ ਉਹ ਖਜ਼ਾਨਾ ਹੈ ਜਿਹੜਾ ਕਿ ਨਾ ਸਿਰਫ ਸਾਰੀ ਜ਼ਿੰਦਗੀ ਤੁਹਾਡੇ ਲਈ ਕੰਮ ਆਉਣ ਵਾਲਾ, ਬਲਕਿ ਤੁਸੀਂ ਜਿਹੜਾ ਤੁਸੀਂ ਇਸ ਤੋਂ ਪੀੜਿਤ ਨਜ਼ਰ ਆਏਗਾ, ਤੁਸੀਂ ਉਸਨੂੰ ਵੀ ਇਹ ਵੀਡੀਓ ਭੇਜ ਕੇ ਉਸ ਨੂੰ ਇਸ ਸਮੱਸਿਆ ਤੋਂ ਨਿਜਾਤ ਦਵਾ ਸਕਦੇ ਹੋ। ਪਰ ਜੇਕਰ ਇਸ ਦੇ ਬਾਵਜੂਦ ਵੀ ਤੁਹਾਨੂੰ ਕੁਛ ਹੋਰ ਸਵਾਲ ਨੇ ਤਾਂ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਾਨੂੰ ਪੁੱਛ ਸਕਦੇ ਹੋ, ਜਾਂ ਫਿਰ ਜੇਕਰ ਤੁਸੀਂ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਹੱਲ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਰਵਿੰਦਰ ਸਿੰਘ ਜੀ ਦੇ ਦੱਸੇ ਹੋਏ ਨੰਬਰਾਂ ਦੇ ਉੱਤੇ ਸੰਪਰਕ ਕਰਕੇ, ਇਹਨਾਂ ਨਾਲ ਸਿੱਧਾ ਵੀ ਸੰਪਰਕ ਕਰਕੇ ਤੁਹਾਡੇ ਜਿਹੜੇ ਸਵਾਲ ਹੋਰ ਹੋਣਗੇ ਉਹ ਵੀ ਤੁਸੀਂ ਇਹਨਾਂ ਤੋਂ ਪੁੱਛ ਸਕਦੇ ਹੋ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇੱਕ ਵਾਰ ਫਿਰ ਕਹਾਂਗੇ ਕਿ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਤਾਂ ਕਿ ਕੋਈ ਇੱਕ ਬੰਦਾ ਵੀ ਜੇਕਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਜਿੱਦਾਂ ਅਮਰਿੰਦਰ ਸਿੰਘ ਜੀ ਨੇ ਨੁਸਖੇ ਦੱਸੇ ਨੇ ਉਹ ਘਰ ਬੈਠੇ ਹੀ ਇਸ ਬਣਾ ਕੇ ਠੀਕ ਹੋ ਜਾਂਦਾ, ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।